ਨੂੰ ਦੇਖ ਕੇ ਸੂਝਵਾਨ ਸੋਚੀ ਪੈ ਗਿਆ। ਸਮੇਂ ਦੇ ਬਦਲੇ ਚੱਕਰਾਂ ਨੂੰ ਦੇਖ ਕੇ ਸੂਝਵਾਨ ਸੋਚੀ ਪੈ ਗਿਆ, ਜ਼ਮੀਨ ਸੋਚੀ ਪੈ ਗਈ, ਅਸਮਾਨ ਸੋਚੀ ਪੈ ਗਿਆ, ਜਵਾਨ ਸੋਚੀ ਪੈ ਗਿਆ, ਕਿਸਾਨ ਸੋਚੀ ਪੈ ਗਿਆ, ਵਧਦੀ ਹੋਈ ਮਹਿੰਗਾਈ ਦੇਖ ਕੇ ਜਹਾਨ ਸੋਚੀ ਪੈ ਗਿਆ, ਇਸ ਜਹਾਨ ਦੇ ਡਿੱਗਦੇ ਈਮਾਨ ਨੂੰ ਦੇਖ ਕੇ ਭਗਵਾਨ ਸੋਚੀ ਪੈ ਗਿਆ, ਇਸ ਜਹਾਨ ਦੇ ਡਿੱਗਦੇ ਹੋਏ ਈਮਾਨ ਨੂੰ ਦੇਖ ਕੇ ਭਗਵਾਨ ਸੋਚੀ ਪੈ ਗਿਆ। ਜੀ ਹਾਂ, ਸੋਚਾਂ ਸੋਚਦੇ ਸਾਰੇ ਇਨਸਾਨਾਂ ਨੂੰ, ਸਾਰੇ ਪੰਜਾਬੀਆਂ ਦੀਆਂ ਗੱਲਾਂ ਬਾਤਾਂ ਲੈ ਕੇ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਸੋਚ ਦੀ ਗੱਲ ਚੱਲੀ ਹੈ ਜੀ। ਸੋਚ ਹਰ ਬੰਦੇ ਦੀ ਵੱਖਰੀ ਵੱਖਰੀ ਹੁੰਦੀ ਹੈ, ਕਿਸੇ ਦੀ ਚੰਗੀ ਹੁੰਦੀ ਹੈ, ਕਿਸੇ ਦੀ ਮੰਦੀ ਹੁੰਦੀ ਹੈ। ਸੋਚ 'ਤੇ ਕਿਸੇ ਦਾ ਕੋਈ ਕਾਬੂ ਨਹੀਂ ਪਾ ਸਕਦੇ। ਸੋਚਾਂ ਸੋਚਾਂ ਵਿੱਚ ਬੰਦਾ ਕਿਤੇ ਵੀ ਜਾ ਸਕਦਾ, ਸੋਚਾਂ ਸੋਚਾਂ ਵਿੱਚ ਬੰਦਾ ਕੋਈ ਵੀ ਕੰਮ ਕਰ ਸਕਦਾ, ਸੋਚਾਂ ਸੋਚਾਂ ਦੇ ਵਿੱਚ ਬੰਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ। ਕੋਈ ਐਸੀ ਗੱਲ ਨਹੀਂ ਕਿਸੇ ਨੇ ਕੋਈ ਉਹਦਾ ਮੁੱਲ ਨਹੀਂ ਹੈ। ਕੋਈ ਕੋਈ ਬੰਦਾ ਗਿਆ ਕਿਸੇ ਟਰੈਵਲ ਏਜੰਟ ਦੇ ਕੋਲ, ਪੰਜਾਬ ਦੇ ਵਿੱਚ ਟਰੈਵਲ ਏਜੰਟ ਕੋਲ ਗਿਆ ਅਤੇ ਜਾ ਕੇ ਕਹਿੰਦਾ ਵੀ ਮੈਂ ਸੋਚ ਰਿਹਾ ਭਾਅ ਜੀ ਮੈਂ ਅਮਰੀਕਾ ਜਾਵਾਂ, ਕਿੰਨੇ ਕੁ ਪੈਸੇ ਲੱਗਣਗੇ? ਅਤੇ ਟਰੈਵਲ ਏਜੰਟ ਅੱਗੇ ਉਹ ਕਹਿੰਦਾ ਵੀ ਭਾਅ ਜੀ ਸੋਚਣ ਦਾ ਕੋਈ ਪੈਸਾ ਨਹੀਂ, ਜੇ ਸੱਚੀ ਜਾਣਾ ਤਾਂ ਫਿਰ ਪੈਸੇ ਲੱਗਣੇ ਆ। ਚਲੋ ਖੈਰ, ਇਹਨਾਂ ਸੋਚਾਂ ਦੀ ਸੋਚ, ਵੈਸੇ ਹਰ ਬੰਦਾ ਹਰ ਸਮੇਂ ਕੁਛ ਨਾ ਕੁਛ ਸੋਚਦਾ ਰਹਿੰਦਾ, ਕੁਛ ਨਾ ਕੁਛ ਚੰਗਾ, ਕੁਛ ਨਾ ਕੁਛ ਮਾੜਾ। ਇਸ ਕੋਲੋਂ ਇਹਨਾਂ ਸੋਚਾਂ ਦੀ ਆਪਾਂ ਗੱਲ ਨਹੀਂ ਕਰਨੀ, ਆਪਾਂ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਤੁਹਾਨੂੰ ਪਤਾ ਅੱਜ ਉੱਡਦੀਆਂ ਖਬਰਾਂ ਹੁੰਦੀਆਂ, ਰੰਗ ਬਿਰੰਗੀਆਂ ਖਬਰਾਂ ਹੁੰਦੀਆਂ, ਅਜਬ ਗਜਬ ਖਬਰਾਂ ਹੁੰਦੀਆਂ, ਦੁਨੀਆਂ ਦੀਆਂ ਵੱਖਰੀਆਂ ਖਬਰਾਂ ਹੁੰਦੀਆਂ, ਜਿਨ੍ਹਾਂ 'ਤੇ ਯਕੀਨ ਕਰਨਾ ਔਖਾ ਹੋ ਜਾਂਦਾ। ਪਹਿਲੀ ਖਬਰ ਵਾਸਤੇ ਤੁਹਾਨੂੰ ਲੈ ਚੱਲਦੇ ਹਾਂ ਉੱਤਰਾਖੰਡ। ਇਹ ਨਹੀਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਹੀ ਖਬਰਾਂ ਹੁੰਦੀਆਂ, ਸਾਡੇ ਭਾਰਤ ਦੇ ਵਿੱਚ ਵੀ ਘੱਟ ਨਹੀਂ ਖਬਰਾਂ ਹੁੰਦੀਆਂ, ਇੱਕ ਤੋਂ ਇੱਕ ਵੱਧ ਕੇ ਹੁੰਦੀਆਂ, ਉਹ ਵੱਖਰੀ ਗੱਲ ਹੈ। ਖਬਰਾਂ ਦਾ ਥੋੜ੍ਹਾ ਜਿਹਾ ਫਰਕ ਹੁੰਦਾ। ਬਾਹਰਲੇ ਮੁਲਕਾਂ ਦੀਆਂ ਖਬਰਾਂ ਹੁੰਦੀਆਂ ਵੀ ਇੱਥੇ ਸੋਨਾ ਨਿਕਲਿਆ, ਉਹ ਇੱਥੋਂ ਫਲਾਣੇ ਕੋਈ ਨਵਾਂ ਜਿਹੜੀ ਸਾਇੰਸਦਾਨਾਂ ਨੇ ਨਵਾਂ ਕੁਛ ਆਜ਼ਾਦ ਕੀਤਾ, ਆਹ ਨਵੀਂ ਚੀਜ਼ ਆ ਗਈ। ਅਤੇ ਸਾਡੇ ਜਿਹੜੀਆਂ ਮੋਸਟਲੀ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ ਇਹੀ ਹੈ ਵੀ ਫਲਾਣੇ ਘਰ ਦੇ ਵਿੱਚੋਂ 8 ਫੁੱਟ ਦਾ ਕੋਬਰਾ ਨਿਕਲਿਆ, ਫਲਾਣੇ ਦੇ ਪਿੱਤ ਨਿਕਲ ਆਈ, ਡੇਂਗੂ ਆ ਗਿਆ। ਚਲੋ ਖੈਰ, ਜਿਹੜੀ ਇਹ ਮੈਂ ਖਬਰ ਉੱਤਰਾਖੰਡ ਦੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਇਹ ਵੀ ਹੈਰਾਨ ਕਰਨ ਵਾਲੀ ਖਬਰ ਹੈ। ਅਕਸਰ ਅਸੀਂ ਦੇਖਿਆ ਸਾਡਾ ਵਾਹ ਵਾਸਤਾ ਪੈਂਦਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਪੁਲਿਸ ਵਾਲਿਆਂ ਨਾਲ, ਅਤੇ ਪਤਾ ਵੀ ਕਹਿੰਦੇ ਪੁਲਿਸ ਵਾਲਾ ਕੰਮ ਨਹੀਂ ਕਰਦੇ ਛੇ ਛੇਤੀ। ਕੋਈ ਵੀ ਮਹਿਕਮਾ ਛੇ ਛੇਤੀ ਕੰਮ ਨਹੀਂ ਕਰਦਾ ਜਿੰਨੀ ਦੇਰ ਫਾਈਲ ਨੂੰ ਪਹੀਏ ਨਾ ਲਾਓ, ਇਹ ਪਤਾ ਹੈ। ਹੁਣ ਮੈਂ ਜਿਹੜੀ ਖਬਰ ਦੱਸਣ ਜਾ ਰਿਹਾ, ਕਾਸੀਪੁਰ ਜਿਹੜੀ ਕੋਤਵਾਲੀ ਹੈਗੀ ਆ ਉੱਤਰਾਖੰਡ ਦੇ ਵਿੱਚ, ਉੱਥੋਂ ਦੀ ਇੱਕ ਖਬਰ ਹੈ ਜੀ। ਉੱਥੇ ਇੱਕ FIR ਦਰਜ ਕੀ ਕਰੀ ਆ ਹੋਈ ਹੈ, ਕੱਲ੍ਹ ਦੀ ਖਬਰ ਹੈ, ਕਹਿੰਦੇ ਵੀ ਉਹ FIR ਦਰਜ ਹੋਈ ਹੈ ਅਤੇ 4 ਪੁਲਿਸ ਵਾਲੇ 4 ਦਿਨ ਹੋ ਗਏ ਉਹਨਾਂ ਨੂੰ FIR ਲਿਖਦਿਆਂ ਨੂੰ, ਅਤੇ 3 ਦਿਨ ਹਜੇ ਹੋਰ ਲੱਗਣੇ ਆ। ਕਹਿਣ ਤੋਂ ਭਾਵ ਵੀ ਇਹੋ ਜਿਹੀ ਕਿਹੜੀ FIR ਹੈ ਜਿਹਨੂੰ FIR ਹੈ ਜਿਹਨੂੰ 7 ਦਿਨ ਲੱਗਣੇ ਆ। ਮੈਂ ਵੀ ਹੈਰਾਨ ਹੋਇਆ ਸੀ, ਪੁਲਿਸ ਵਾਲੇ ਪੈਸੇ ਪੂਸੇ ਲੈਣ ਕਰਕੇ ਇੱਦਾਂ ਕਰਦੇ ਹੋਣੇ ਆ ਵੀ ਭਾਈ ਇੰਨੇ ਦਿਨ ਲੱਗ ਜਾਣੇ, ਆਹ ਕੰਮ ਹੋ ਜਾਣਾ, ਉਹ ਹੋ ਜਾਣਾ, ਪਰ ਐਸੀ ਗੱਲ ਨਹੀਂ ਹੈ। ਵਾਕਿਆ ਹੀ ਇੱਕ FIR ਨੂੰ 7 ਦਿਨ ਲੱਗ ਰਹੇ ਨੇ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਐਡੀ ਕਿਹੜੀ FIR ਹੈ ਜਿਹਨੂੰ 7 ਦਿਨ ਲੱਗ ਰਹੇ ਨੇ, ਇਹੋ ਐਸੀ ਕਿਹੜੀ ਉਹ ਉਹਨੂੰ ਟਾਈਪ ਕਰਕੇ ਕਰ ਰਹੇ ਨੇ ਜਾਂ ਉਹਨੂੰ ਕਿਤੇ ਸੋਨੇ ਦੇ ਅੱਖਰਾਂ ਦੇ ਵਿੱਚ ਲਿਖ ਰਹੇ ਨੇ ਕਿ ਇਹੋ ਜਿਹਾ ਕੀ ਹੈਗਾ। ਬਿਲਕੁਲ ਸਹੀ ਗੱਲ ਹੈ ਜੀ, ਉੱਥੇ ਇੱਕ ਉੱਤਰਾਖੰਡ ਦੇ ਵਿੱਚ ਸਕੀਮ ਚੱਲੀ ਸੀ, ਅਟਲ ਆਯੂ ਸਮਾਨ ਹੈਗਾ ਸੀ ਕੋਈ ਯੋਜਨਾ, ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਇਹ ਯੋਜਨਾ ਉਹਨਾਂ ਨੇ ਬਣਾਈ ਸੀਗੀ। ਉਹਦੇ 'ਚ ਇਹ ਸੀ ਵੀ ਹਸਪਤਾਲਾਂ ਦੇ ਵਿੱਚ ਉਹ ਯੋਜਨਾ ਲਾਗੂ ਹੋਣੀ ਸੀ ਵੀ ਗਰੀਬਾਂ ਨੂੰ ਮੁਫਤ ਇਲਾਜ ਦੇਣਾ ਸੀ, ਦਵਾਈਆਂ ਅਤੇ ਇਲਾਜ ਉੱਤਰਾਖੰਡ ਦੇ ਵਿੱਚ। ਅਤੇ ਫਿਰ ਸੁਖਨਾ ਆਪਣਾ ਭਾਰਤ ਹੈ ਜੀ, ਉੱਥੇ ਜਿਹੜਾ ਗਰੀਬਾਂ ਨੂੰ ਇਲਾਜ, ਗਰੀਬਾਂ ਨੂੰ ਬਿਮਾਰੀਆਂ ਲੱਗਦੀਆਂ ਉਹਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਗਰੀਬਾਂ ਨੂੰ ਨਹੀਂ ਜਾਂਦੀਆਂ ਸੀ, ਉਹ ਨਾਲ ਨਾਲ KMS ਸ਼ੋਪ 'ਤੇ ਚੱਲ ਜਾਂਦੀਆਂ ਸੀ। 2 ਹਸਪਤਾਲ ਨੇ, ਇੱਕ MP ਹੋਸਪਿਟਲ ਹੈ, ਇੱਕ ਦੇਵਕੀ ਨੰਦਨ ਹੋਸਪਿਟਲ ਹੈ। ਇਹਨਾਂ ਦੋਹਾਂ ਦੇ ਖਿਲਾਫ FIR ਲਿਖੀ ਜਾ ਰਹੀ ਹੈ। ਜਦੋਂ ਪੁਲਿਸ ਵਾਲੇ ਨੂੰ ਪੁੱਛਿਆ ਵੀ ਐਡੀ ਲੰਮੀ ਕੀ ਹੈਗੀ FIR ਵੀ ਜਿਹੜੇ ਤੁਹਾਨੂੰ 7 ਦਿਨ ਲੱਗ ਜਾਣੇ, ਉਹ ਕਹਿੰਦੇ ਜੀ ਘੁਟਾਲੇ ਹੀ ਇੰਨੇ ਜ਼ਿਆਦਾ, ਹਜੇ ਤਾਂ 7 ਦਿਨਾਂ ਵਿੱਚ ਵੀ ਨਿਬੜ ਜਾਣ, ਤਾਂ ਕਹਿੰਦੇ ਜੀ ਸੁੱਖ ਲੇਖਾ ਘੁਟਾਲੇ ਹੀ ਦੋਨਾਂ ਹਸਪਤਾਲਾਂ ਦੇ ਇੰਨੇ ਜ਼ਿਆਦਾ ਨੇ ਕਿ ਉਹਨਾਂ ਨੇ ਅਟਲ ਆਯੁਸ਼ਮਾਨ ਯੋਜਨਾ ਬਣਾਈ ਸੀ, ਇਹਨਾਂ ਨੇ ਅਟਲ ਆਯੁਸ਼ਮਾਨ ਘੁਟਾਲੇ ਬਣਾ ਤੇ।
ਵੀ ਦੇਖੋ ਜੀ ਇਹ ਸਾਡੇ ਭਾਰਤ ਦਾ ਹਾਲ ਹੈ ਔਰ ਇਹ ਘੁਟਾਲੇ ਬਿਨਾਂ ਲੀਡਰਾਂ ਦੀ, ਬਿਨਾਂ ਸਰਕਾਰਾਂ ਦੀ ਅਤੇ ਬਿਨਾਂ ਪੁਲਿਸ ਦੀ ਮਿਲੀ ਭੁਗਤ ਤੋਂ ਨਹੀਂ ਹੋ ਸਕਦੇ, ਇਹ ਗੱਲ ਤਾਂ ਪੱਕੀ ਹੈ। ਚਲੋ ਜੀ ਰੱਬ ਰਹਿਮ ਕਰੇ ਗਰੀਬਾਂ 'ਤੇ ਜਿਨ੍ਹਾਂ ਦੀਆਂ ਦਵਾਈਆਂ ਇਹ ਸਾਰੇ ਖਾ ਗਏ ਨੇ। ਚਲੋ ਖੈਰ, ਅਗਲੀ ਖਬਰ ਜਿਹੜੀ ਉਹ ਵੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਅੱਜ ਕਿਸੇ ਨੂੰ ਪੁੱਛੋ ਵੀ ਫੋਨ ਆਈਫੋਨ, ਮੇਰੇ ਕੋਲ ਆਈਫੋਨ, ਪਹਿਲਾ ਆਈਫੋਨ ਨਵਾਂ ਆਇਆ ਉਦਣ ਬਹੁਤ ਸਾਰੇ ਬੰਦੇ ਪਹਿਲਾਂ ਆਈਫੋਨ ਖਰੀਦਦੇ ਨੇ, ਜਿੱਧਰ ਦੇਖੋ ਆਈਫੋਨ 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 ਆਈਫੋਨ। ਤਾਂ ਆਈਫੋਨ ਨੂੰ ਆਏ ਨੂੰ ਮੇਰੇ ਖਿਆਲ ਆਈਫੋਨ ਨੂੰ ਆਏ ਨੂੰ ਜ਼ਿਆਦਾ ਦੇਰ ਨਹੀਂ ਹੋਈ, ਅਤੇ ਆਹ 2000 ਤੋਂ ਬਾਅਦ ਦੇ ਵਿੱਚ ਹੀ ਆਇਆ ਮੇਰੇ ਖਿਆਲ, 5-7 ਸਾਲ ਹੀ ਹੋਏ ਨੇ, 8 ਸਾਲ ਹੋਏ ਨੇ। 2004 ਦੇ ਵਿੱਚ ਫੇਸਬੁੱਕ ਆਇਆ ਅਤੇ ਆਈਫੋਨ ਉਦੋਂ ਬਾਅਦ ਹੀ ਸ਼ੁਰੂ ਹੋਇਆ, ਅਤੇ ਹੁਣ ਜੇ 10ਵਾਂ ਆਇਆ ਤਾਂ 10 ਤੇ 4 14 ਮੇਰੇ ਖਿਆਲ 8-9 ਦੇ ਵਿੱਚ ਆਈਫੋਨ ਆਇਆ, ਜਾਂ ਸਮਾਰਟਫੋਨ ਜਿਹੜੇ ਨੇ ਆਏ ਨੇ 8-9 ਦੇ ਵਿੱਚ ਜ਼ਿਆਦਾਤਰ, 2008-9 ਦੇ ਵਿੱਚ। ਪਰ ਜੇ ਮੈਂ ਤੁਹਾਨੂੰ ਕਹਾਂ ਵੀ ਇਹ ਆਈਫੋਨ 2100 ਸਾਲ ਪਹਿਲਾਂ ਆ ਗਿਆ ਸੀ ਤਾਂ ਹੈ ਨਾ ਹੈਰਾਨੀ ਵਾਲੀ ਖਬਰ। ਪੁਰਾਤੱਤਵ ਵਿਭਾਗ ਜਿਹੜਾ ਹੈਗਾ ਜੀ ਪ੍ਰਾਚੀਨ ਮੰਗੋਲੀਆ ਦਾ, ਮੰਗੋਲੀਆ ਦਾ ਇੱਕ ਜਿਹੜਾ ਪੁਰਾਤੱਤਵ ਵਿਭਾਗ ਹੈ, ਉਹਨਾਂ ਨੇ ਇੱਕ ਕਬਰ ਖੋਦੀ 2100 ਸਾਲ ਪੁਰਾਣੀ। ਉਹਨਾਂ ਨੂੰ ਕੋਈ ਲੱਗਿਆ ਵੀ ਕਿਸੇ ਖਾਸ ਬੰਦੇ ਦੀ ਇਹ ਕਬਰ ਆ, ਤਾਂ ਉਹਦਾ ਖੋਦੀ ਜਦੋਂ ਤਾਂ ਉਹਦੀ ਕੰਕਾਲ ਨਿਕਲਿਆ ਵਿੱਚੋਂ, ਪਿੰਜਰ ਜਿਹੜਾ ਹੁੰਦਾ ਪਿੰਜਰ ਨਿਕਲਿਆ, ਅਤੇ ਪਿੰਜਰ ਦੇ ਨਾਲ ਸੁੱਖ ਨਾਲ ਆਈਫੋਨ ਪਿਆ ਸੀਗਾ। ਫੋਟੋ ਦੇਖੋ ਜੀ, ਫੋਟੋ ਦਿਖਾ ਰਹੇ, ਆਈਫੋਨ ਵਰਗੀ ਇਹ ਚੀਜ਼ ਜਿਹੜੀ ਹੈ ਉਹ 2100 ਸਾਲ ਪੁਰਾਣੀ ਸੀਗੀ ਅਤੇ ਇਹ ਹੁਣ ਮਿਲੀ ਹੈ। ਪਰ ਇਹ ਪਿੰਜਰ ਦੇ ਨਾਲ ਜਿਹੜਾ ਆਈਫੋਨ ਪਿਆ, ਬੇਸ਼ੱਕ ਇਹ ਆਈਫੋਨ ਨਹੀਂ ਹੈ, ਕੋਈ ਹੋਰ ਚੀਜ਼ ਹੈ, ਪਰ ਅਗਰ ਗੱਲ ਕਰੀਏ 2100 ਸਾਲ ਪਹਿਲਾਂ ਦੀ, ਤਾਂ ਇਹ ਆਈਫੋਨ ਵਰਗੀ ਚੀਜ਼ ਅੱਜ ਕੱਲ੍ਹ ਦੇ ਆਈਫੋਨਾਂ ਨਾਲੋਂ ਕਿਤੇ ਮਹਿੰਗੀ ਆ। ਵੈਸੇ ਮੇਰੇ ਹਿਸਾਬ ਨਾਲ ਗਲ ਜਾਂਦੀਆਂ ਹੁੰਦੀਆਂ ਚੀਜ਼ਾਂ, ਇਹ ਕਿਉਂ ਨਹੀਂ ਗਲੀ, ਇਹਦੇ 'ਚ ਕੀ ਐਸੀ ਚੀਜ਼ ਹੈ? ਮਹਿੰਗੀ ਇਸ ਕਰਕੇ ਹੈ ਕਿ ਇਹਦੇ 'ਚ ਜਿਹੜੇ ਨਾਲ ਪੱਥਰ ਜੁੜੇ ਨੇ ਜਾਂ ਹੀਰੇ ਜੜੇ ਹੋਏ ਨੇ ਉਹ ਬਹੁਤ ਮਹਿੰਗੇ ਨੇ, ਫਿਰੋਜ਼ਾ ਮੋਤੀ ਵਗੈਰਾ ਬਹੁਤ ਮਹਿੰਗੇ ਨੇ। ਸੋ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਈਫੋਨ 2100 ਸਾਲ ਪਹਿਲਾਂ ਵੀ ਸੀਗਾ। ਔਰ ਖਾਸ ਗੱਲ ਅਤੇ ਹੈਰਾਨੀ ਵਾਲੀ ਗੱਲ, ਇਹ ਕੰਕਾਲ, ਇਹ ਪਿੰਜਰ ਇੱਕ ਔਰਤ ਦਾ ਹੈ। ਸੋ ਭਾਈ ਔਰਤ ਨੇ ਆਈਫੋਨ ਲੈ ਲਿਆ ਹੋਊ, ਕੋਈ ਵੱਡੀ ਗੱਲ ਨਹੀਂ। ਜੇ ਅਗਰ ਗੱਲ ਕਰੀਏ ਤਾਂ ਜਿਵੇਂ ਉਹ ਪੁਰਾਣਾ ਜੋਕ ਨਹੀਂ, ਇੱਕ ਕਹਿੰਦਾ ਜੀ ਅੰਗਰੇਜ਼ਾਂ ਨੇ, ਕਹਿੰਦੇ ਦੋ ਬੰਦੇ ਪੰਜਾਬੀ ਅਤੇ ਅੰਗਰੇਜ਼ ਬੈਠੇ ਸੀਗੇ, ਅਤੇ ਅੰਗਰੇਜ਼ ਕਹਿੰਦੇ ਜੀ ਅਸੀਂ ਜਦੋਂ ਧਰਤੀ ਖੋਦੀ ਅਤੇ ਥੱਲਿਓਂ ਤਾਰਾਂ ਨਿਕਲੀਆਂ, ਅਸੀਂ ਉਦੋਂ ਹੀ ਡਿਕਲੇਅਰ ਕਰਤਾ ਸੀ ਵੀ ਫੋਨ ਜਿਹੜਾ 200 ਸਾਲ ਪਹਿਲਾਂ ਇਹ ਇਜਾਦ ਹੋ ਚੁੱਕਾ ਸੀਗਾ, ਅਤੇ ਫੋਨ ਦਾ ਜਿਹੜਾ ਅੰਗਰੇਜ਼ਾਂ ਨੇ ਇਜਾਦ ਕੀਤਾ 200 ਸਾਲ ਪਹਿਲਾਂ, ਉਹਦੀਆਂ ਤਾਰਾਂ ਜਿਹੜੀਆਂ ਥੱਲੇ ਧਰਤੀ ਦੇ ਵਿੱਚ ਸੀਗੀਆਂ। ਪੰਜਾਬੀ ਕਹਿੰਦਾ ਜੀ ਅਸੀਂ ਵੀ ਧਰਤੀ ਪੱਟੀ ਸੀ, ਅਸੀਂ ਵੀ ਧਰਤੀ ਪੱਟੀ ਸੀ 200 ਸਾਲ ਪਹਿਲਾਂ। ਤੂੰ ਕਹਿੰਦੇ ਜੀ ਫੇਰ ਕੀ ਨਿਕਲਿਆ? ਕਹਿੰਦੇ ਕੁਛ ਵੀ ਨਹੀਂ। ਤੂੰ ਕਹਿੰਦੇ ਫਿਰ ਇਹਦੇ ਤੋਂ ਕੀ ਸਿੱਧ ਹੁੰਦਾ? ਉਹ ਕਹਿੰਦੇ ਜੀ ਇਹਦੇ ਤੋਂ ਇਹ ਸਿੱਧ ਹੁੰਦਾ ਕਿ ਮੋਬਾਈਲ ਫੋਨ ਜਿਹੜੇ ਆ ਉਹ 200 ਸਾਲ ਪਹਿਲਾਂ ਆ ਗਏ ਸੀਗੇ। ਚਲੋ ਮੋਬਾਈਲ ਫੋਨ ਆਏ ਨਹੀਂ ਆਏ, ਪਰ ਆਈਫੋਨ ਜਿਹੜੇ ਆ ਉਹ ਆ ਗਏ ਸੀਗੇ। ਇਹਦੇ 'ਤੇ ਰਿਸਰਚ ਚੱਲ ਰਹੀ ਹੈ ਕਿ ਇਹ ਅਸਲ ਦੇ ਵਿੱਚ ਚੀਜ਼ ਹੈ ਕੀ ਹੈ, ਪਰ ਵਾਕਿਆ ਹੀ ਬਿਲਕੁਲ ਫੋਨ ਵਰਗੀ ਇਹ ਚੀਜ਼ ਲੱਗਦੀ ਹੈ ਜਿਹੜੀ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ। ਬਾਕੀ ਹੋਰ ਜਾਣਕਾਰੀ ਜਦੋਂ ਮਿਲੇਗੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ। ਅਗਲੀ ਖਬਰ ਲਖਨਊ ਦੀ ਹੈ ਜੀ। ਤਲਾਕ ਦੇ ਅਸੀਂ ਕਈ ਕਈ ਕਾਰਨ ਸੁਣਦੇ ਹਾਂ, ਦੇਖਦੇ ਹਾਂ, ਬੜੇ ਅਜੀਬ ਅਜੀਬ ਕਾਰਨ ਦੇਖਦੇ ਹਾਂ। ਇੱਕ ਸਾਊਦੀ ਅਰਬ 'ਚ ਤਲਾਕ ਕਿਸੇ ਨੇ ਦਿੱਤਾ ਸੀਗਾ ਕਿ ਉਹਦੀ ਘਰਵਾਲੀ ਉਹਨੂੰ ਅੱਗੇ ਤੁਰ ਰਹੀ ਸੀ, ਤਾਂ ਉਹਨੇ ਤਲਾਕ ਦੇ ਦਿੱਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ। ਅਤੇ ਇਹ ਭਾਈ ਸਾਹਿਬ ਨੇ ਤਲਾਕ ਕਾਹਦੇ ਵਾਸਤੇ ਦਿੱਤਾ? ਹੈਰਾਨ ਕਰਨ ਵਾਲੀ ਗੱਲ ਆ, ਔਰ ਬੇਵਕੂਫੀ ਵਾਲੀ ਵੀ ਗੱਲ ਹੈ ਕਿ ਅਸੀਂ ਜਿਵੇਂ ਬਹਾਨਾ ਹੀ ਭਾਲਦਾ ਹੁੰਦਾ ਤਲਾਕ ਦੇਣ ਦਾ। ਕੋਰਟ ਦੇ ਵਿੱਚ ਸੀਗੇ, ਕਿਸੇ ਕੰਮ ਗਏ ਹਸਬੈਂਡ ਵਾਈਫ, ਅਤੇ ਉੱਥੇ ਪਤੀ ਨੇ ਪਤਨੀ ਨੂੰ ਚਿੰਗਮ ਦਿੱਤੀ ਵੀ ਚਿੰਗਮ ਖਾ ਲਾ, ਜਿਹੜੀ ਚਿੰਗਮ ਚੱਤਦੇ ਹੁੰਦੇ ਨਿਆਣੇ, ਜ਼ਿਆਦਾ ਚੱਤਦੇ ਨੇ, ਮੁੜ ਕੇ ਗੁਬਾਰਾ ਜਿਹਾ ਬਣਾ ਕੇ ਠਾ ਦੇਣੀ, ਪਟਾਕਾ ਵੀ ਮਾਰਦੇ ਆ, ਉਹ ਦਿੱਤੀ ਅਤੇ ਪਤਨੀ ਨੇ ਨਾ ਕਰਤੀ। ਪਤੰਦਰ ਨੇ ਉਸੇ ਕੋਰਟ ਦੇ ਵਿੱਚ ਤਲਾਕ 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 3 ਵਾਰੀ ਕਹਿ ਕੇ ਅਤੇ ਤਲਾਕ ਦੇ ਦਿੱਤਾ। ਪਤਨੀ ਉਦੋਂ ਵੀ ਤੇਜ਼ ਸੀ, ਉਹਨੇ ਵੀ ਉਸੇ ਕੋਰਟ ਦੇ ਵਿੱਚ ਅੱਗੇ ਦਾਵਾ ਪਾ ਦਿੱਤਾ ਵੀ ਇਹ ਤਲਾਕ ਦਾ ਕਾਰਨ ਕੀ ਹੈ, ਜੱਜ ਨੂੰ ਕਹਿੰਦੀ ਇਹ ਕਿਹੜਾ ਕਾਰਨ ਹੋਇਆ। ਸੋ ਉਹ ਕੇਸ ਅਜੇ ਚੱਲ ਰਿਹਾ ਹੈ। ਸੋ ਇਹੋ ਜਿਹੀਆਂ ਚੀਜ਼ਾਂ ਨਾ ਅਕਸਰ ਦੇਖਣ ਦੇ ਵਿੱਚ ਆਉਂਦੀਆਂ ਪਰਿਵਾਰਕ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ, ਵੀ ਗੱਲ ਕੋਈ ਵੀ ਨਹੀਂ ਹੁੰਦੀ, ਈਗੋ ਪ੍ਰੋਬਲਮ ਆ ਜਾਂਦੀ ਹੈ, ਅਤੇ ਉਹ ਗੱਲ ਵੱਧਦੀ 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 ਇੱਕ ਨਿੱਘੀ ਜਿਹੀ ਤੇੜ ਆਉਂਦੀ, ਪਹਿਲਾਂ ਤੇੜ ਨੂੰ ਭੜਨ ਦੀ ਬਜਾਏ ਉਹ ਫਿਰ ਪਾੜਦੀ 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 ਵੱਡਾ ਸਾਰਾ ਪਾੜ ਬਣ ਜਾਂਦੀ ਹੈ। ਇਹ ਵੀ ਇੱਦਾਂ ਹੀ ਹੋਈ ਆ ਕਿ ਗੱਲ ਨੂੰ ਨਿਬੇੜਨ ਦੀ ਬਜਾਏ ਗੱਲ ਸਿਰਫ ਇੰਨੀ ਸੀ ਕਿ ਮੈਂ ਤੈਨੂੰ ਕਿਹਾ ਤੂੰ ਚਿੰਗਮ ਖਾਦ ਖਾਧੀ ਕਿਉਂ ਨਹੀਂ,
ਗੱਲ ਕਿਹੜੀ? ਉਹ ਕਹਿੰਦੀ ਵੀ ਮੈਂ ਹੁਣ ਚਿੰਗਮ ਨਹੀਂ, ਮੇਰਾ ਦਿਲ ਕਰਦਾ ਨਹੀਂ ਖਾਧੀ। ਇਹ 'ਚ ਕਿਹੜੀ ਗੱਲ ਹੈ, ਖਾਧੀ ਕਿਉਂ ਨਹੀਂ? ਨਹੀਂ ਖਾਧੀ, ਖਾਧੀ ਕਿਉਂ? ਇਸੇ 'ਤੇ ਗੱਲ ਵੱਧਦੀ ਵੱਧਦੀ ਕਿਤੇ ਦੀ ਕਿਤੇ ਪਹੁੰਚ ਗਈ। ਸੋ ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਇਹੋ ਜਿਹੀਆਂ ਖਬਰਾਂ ਤਾਂ ਹੀ ਸਾਂਝੀਆਂ ਕਰੀਦੀਆਂ, ਵੀ ਆਪਣੇ ਥੋੜ੍ਹਾ ਜਿਹੜਾ ਹੈਗਾ ਨਾ ਤੇੜ, ਜਿੱਤੇ ਕਿਤੇ ਪੈਂਦੀ ਹੈ ਤਾਂ ਉੱਥੇ ਹੀ ਉਹਨੂੰ ਥੋੜ੍ਹੀ ਤੇੜ ਹੋਵੇ ਤਾਂ ਉਹ ਤਾਂ ਮਾੜੀ ਮੋਟੀ ਮਿੱਟੀ ਨਾਲ ਰੇਤ ਨਾਲ ਵੀ ਭਰ ਜਾਂਦੀ ਹੈ। ਅਤੇ ਜੇ ਵੱਡਾ ਪਹਾੜ ਪੈ ਜਾਵੇ ਤਾਂ ਫਿਰ ਉਹਦੇ ਚਾਹੇ ਬੋਰੀਆਂ ਦੀਆਂ ਬੋਰੀਆਂ ਸੀਮੈਂਟ ਸਿੱਟੀ ਜਾਓ, ਚਾਹੇ ਉਹਦੇ 'ਚ ਫਿਰ ਬਜਰੀ ਸਿੱਟੀ ਜਾਓ, ਤਾਂ ਫਿਰ ਉਹ ਪਹਾੜ ਜਿਹੜਾ ਉਹ ਪੂਰਦਾ ਨਹੀਂ ਛੇਤੀ ਕਿਤੇ। ਚਲੋ ਖੈਰ, ਅਗਲੀ ਇੱਕ ਪਾਕਿਸਤਾਨ ਦੀ ਖਬਰ ਸਾਂਝੀ ਕਰਦੇ ਹਾਂ। ਖਬਰਾਂ ਦੋ ਸੀ, ਇੱਕ ਹੀ ਸਾਂਝੀ ਕਰਨੀ। ਪਾਕਿਸਤਾਨ ਦੀ, ਆਪਣਾ ਗਵਾਂਢੀ ਮੁਲਕ ਹੈ, ਇਹਨਾਂ ਦੀ ਵੀ ਖਬਰ ਸਾਂਝੀ ਕਰਨੀ ਬਣਦੀ ਆ। ਅਤੇ ਇਹਦੀ ਖਬਰ ਹੈਗੀ ਹੈ ਜੀ, ਜਿਵੇਂ ਮੋਦੀ ਸਾਹਿਬ ਨੇ ਮੁਹਿੰਮ ਚਲਾਈ ਹੈ ਸਫਾਈ ਮੁਹਿੰਮ, ਕਿ ਸਫਾਈ ਹੋਣੀ ਚਾਹੀਦੀ ਚਾਰ ਚੁਫੇਰੇ ਪਾਕਿਸਤਾਨ ਦੇ ਵਿੱਚ। ਕਰਾਚੀ ਦੇ ਵਿੱਚ ਉਹਨਾਂ ਨੇ ਕਾਨੂੰਨ ਬਣਾਇਆ, ਖੈਰ ਮੈਨੂੰ ਬੜੀ ਚੰਗੀ ਗੱਲ ਲੱਗੀ, ਵੀ ਜਿਹੜਾ ਕੂੜਾ ਬਾਹਰ ਸਿੱਟੂਗਾ, ਕੂੜਾ, ਉਹਦੇ 'ਤੇ ਕੇਸ ਦਰਜ ਹੋਊਗਾ, ਨਾ ਕਿ ਉਹਨੂੰ ਜੁਰਮਾਨਾ, ਨਾ ਕੁਛ ਹੋਰ, ਕੇਸ ਚੱਲੂਗਾ ਤਾਂ ਫਿਰ ਉਹਦੇ ਬਾਰੇ ਪਤਾ ਲੱਗੂਗਾ। ਅਤੇ ਕਰਾਚੀ ਦੇ ਵਿੱਚ ਇੱਕ ਬਾਹਰ ਕੂੜਾ ਸੁੱਟਣ ਵਾਲੇ 'ਤੇ ਮੁਕੱਦਮਾ ਦਰਜ ਹੋਇਆ। ਬੜੀ ਕਮਾਲ ਦੀ ਖਬਰ ਆ ਆਪਣੇ ਆਪ ਦੇ ਵਿੱਚ, ਚੰਗੀ ਵੀ ਹੈ ਸ਼ਾਇਦ, ਇਸੇ ਤਰ੍ਹਾਂ ਸਾਡੇ ਲੋਕ ਸੁਧਰ ਜਾਣ, ਉੱਧਰਲੇ ਲੋਕ ਸੁਧਰ ਜਾਣ, ਇੱਕੋ ਹੀ ਆ ਉੱਧਰਲੇ ਇੱਧਰਲੇ ਲੋਕ। ਅਤੇ ਪਰ ਕਮਾਲ ਦੀ ਗੱਲ ਇਹ ਹੈ ਵੀ ਇਹੋ ਜਿਹੇ ਕੇਸ ਜਦੋਂ ਕੋਰਟ ਦੇ ਵਿੱਚ ਜਾਣ ਲੱਗ ਪਏ, ਕੋਰਟ ਕੋਲ ਤਾਂ ਪਹਿਲਾਂ ਹੀ ਜੱਜਾਂ ਦੀ ਘਾਟ ਆ, 50 ਲੱਖ ਜੱਜ ਤਾਂ ਪੰਜਾਬ ਦੇ ਵਿੱਚ ਹੀ ਘੱਟ ਹੈ, ਭਾਰਤ ਦੇ ਵਿੱਚ ਘੱਟ ਹੈ, ਪਾਕਿਸਤਾਨ ਦੇ ਵਿੱਚ ਉਦੋਂ ਵੀ ਬੁਰਾ ਹਾਲ ਹੈ। ਇਹੋ ਜਿਹੇ ਕੇਸ ਕੋਰਟਾਂ ਦੇ ਵਿੱਚ ਜਾਣ ਲੱਗ ਪਏ ਤਾਂ ਮਾਹੌਲ ਕੀ ਹੋਊਗਾ, ਵਕੀਲ ਕਰਨਾ ਪਊਗਾ, ਫਿਰ ਠੀਕ ਹੈ ਜੀ, ਇੱਕ ਸਰਕਾਰੀ ਵਕੀਲ ਹੋਊਗਾ, ਉਹ ਕਹੂਗਾ ਜੀ ਇਹਨੇ ਸਿੱਟਿਆ ਆ, ਬੰਦੇ ਦਾ ਵਕੀਲ ਕਹੂਗਾ ਜੀ ਨਹੀਂ ਇਹਨੇ ਕੂੜਾ ਨਹੀਂ ਸਿੱਟਿਆ, ਫਿਰ ਦਲੀਲਾਂ ਅਜੀਬ ਜਿਹੀਆਂ ਹੋਈਆਂ ਕੋਰਟ ਦੇ ਵਿੱਚ, ਮਾਹੌਲ ਵਕੀਲ ਨੇ ਕਹਿਣਾ ਨਹੀਂ ਜੀ ਇਹ ਜਿਹੜਾ ਕੂੜਾ ਮੇਰੇ ਕਲਾਇੰਟ 'ਤੇ ਤੁਸੀਂ ਪਾਇਆ, ਇਹ ਕੂੜਾ ਮੇਰੇ ਕਲਾਇੰਟ ਦਾ ਹੈ ਹੀ ਨਹੀਂ। ਉਹ ਕਹਿੰਦੇ ਜੀ ਮੇਰੇ ਕਲਾਇੰਟ ਨੇ ਤਾਂ ਉਹ ਦਿਨ ਕਰੇਲੇ ਬਣਾਏ ਸੀ, ਇਹਦੀ ਵਾਈਫ ਨੇ ਕਰੇਲੇ ਬਣਾਏ ਬੜੇ ਵਧੀਆ, ਮੈਂ ਆਪ ਖਾਧੇ ਉਹ ਦਿਨ, ਅਤੇ ਇਹ ਜਿਹੜਾ ਕੂੜਾ ਹੈਗਾ ਇਹ ਤਾਂ ਭਿੰਡੀਆਂ ਨੇ, ਵੀ ਇਹਦਾ ਕਲਾਇੰਟ ਦਾ ਕੂੜਾ ਹੈ ਨਹੀਂ, ਮਤਲਬ ਅਜੀਬ ਜਿਹਾ ਮਾਹੌਲ ਹੋ ਜੂਗਾ। ਖੈਰ ਚੰਗੀ ਗੱਲ ਇਹ, ਮੁੜ ਕੇ ਇਹ ਹੈ ਵੀ ਜਦੋਂ ਜੱਜ ਨੇ ਵੀ ਜਾਣਾ ਅਤੇ ਘਰੋਂ ਪਰਫਿਊਮ ਜਿਹਾ ਲਾਈ ਜਾਣਾ, ਅਤੇ ਉਹਨੂੰ ਘਰ ਲਈ ਤਾਂ ਪੁੱਛਣਾ ਅੱਜ ਬੜਾ ਪਰਫਿਊਮ ਲਾ ਰਿਹਾ, ਕਿੱਧਰ ਚੱਲੇ ਹੋ? ਉਹ ਨਹੀਂ ਨਹੀਂ ਭਗਵਾਨ ਨੇ ਚੱਲਿਆ ਕਿਤੇ ਨਹੀਂ, ਅੱਜ ਉਹ ਮੇਰਾ ਕੂੜੇ ਦਾ ਕੇਸ ਅਸਲ 'ਚ ਮੈਂ ਅਟੈਂਡ ਕਰਨਾ ਹੈ, ਅਤੇ ਉਹ ਕੂੜੇ ਦਾ ਕੇਸ, ਹੁਣ ਕੂੜਾ ਵੀ ਤਾਂ ਲਿਜਾਣਗੇ ਹੀ ਉੱਥੇ ਕੋਰਟ ਦੇ ਵਿੱਚ, ਕੂੜਾ ਵੀ ਤਾਂ ਜਾਊਗਾ ਫਿਰ, ਮਤਲਬ ਕਹਿਣ ਤੋਂ ਭਾਵ ਇਹ CCTV ਕੈਮਰੇ ਦੇਖਣਗੇ ਵੀ ਕਿਹਨੇ ਸਿੱਟਿਆ, ਪਤਾ ਲੱਗੇ ਜੀ ਬੰਦਾ ਹੀ ਸਿੱਟ ਕੇ ਗਿਆ ਕੂੜਾ ਆਪ ਹੀ, ਅਤੇ ਘਰ ਵਾਲੇ ਦੀ ਨਾਈਟੀ ਪਾ ਕੇ ਕੂੜਾ ਸਿੱਟ ਗਿਆ, ਵੀ ਜੇ ਪੰਗਾ ਪਊ ਤਾਂ ਘਰ ਵਾਲੀ ਨੂੰ ਪਊਗਾ ਫਿਰ, ਮਤਲਬ ਕਹਿਣ ਤੋਂ ਭਾਵ ਚਲੋ ਛੱਡੋ, ਇਹ ਬੜੇ ਮੁਸ਼ਕ ਜਿਹੇ ਵਾਲੇ ਕੇਸ ਹੋਣੇ ਆ ਕੋਰਟਾਂ ਦੇ ਵਿੱਚ, ਇਹੋ ਜਿਹੇ ਕੇਸ ਕੋਰਟਾਂ ਦੇ ਵਿੱਚ ਨਾ ਹੀ ਹੋਣ ਤਾਂ ਚੰਗਾ। ਚਲੋ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵੱਲ ਚੱਲਾਂਗੇ, ਵਿਸ਼ੇ ਵੱਲ ਅੱਜ ਕੋਈ ਖਾਸ ਵਿਸ਼ਾ ਲੈ ਕੇ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਵਿਸ਼ਾ ਇਹੋ ਜਿਹਾ ਹੋਵੇ ਜਿਹੜਾ ਸਾਡੇ ਨਾਲ, ਤੁਹਾਡੇ ਨਾਲ ਸੰਬੰਧਿਤ ਹੋਵੇ, ਰਿਲੇਟਡ ਹੋਵੇ, ਗੱਲਾਂ 'ਚੋਂ ਗੱਲਾਂ ਹੋਣ, ਘਰ ਦੀਆਂ ਗੱਲਾਂ ਸਾਡੀਆਂ ਗੱਲਾਂ ਤੁਹਾਡੀਆਂ ਗੱਲਾਂ, ਹਰ ਬੰਦੇ ਨੂੰ ਲੱਗੇ ਵੀ ਇਹ ਗੱਲ ਮੇਰੇ ਨਾਲ ਵਾਪਰੀ ਲੱਗਦੀ ਹੈ, ਇਹੋ ਜਿਹੀਆਂ ਗੱਲਾਂ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰੀ ਦੀ ਹੈ, ਅੱਜ ਵੀ ਉਹੀ ਕਰਾਂਗੇ। ਫਿਰ ਵੀ ਤੁਹਾਡੇ ਕੋਲ ਕੋਈ ਨਵੀਂ ਇਨਫੋਰਮੇਸ਼ਨ ਹੁੰਦੀ ਹੈ, ਕੋਈ ਜਾਣਕਾਰੀ ਹੁੰਦੀ ਹੈ, ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿਨ ਤਿਉਹਾਰ ਜਿਹੜਾ ਹੁੰਦਾ ਮੈਂ ਭੁੱਲ ਜਾਵਾਂ ਅਨਾਊਂਸ ਕਰਨਾ, ਤੁਸੀਂ ਉਹ ਵੀ ਜ਼ਰੂਰ ਦੱਸ ਦਿਆ ਕਰੋ, ਵਧੀਆ ਲੱਗਦਾ ਸਾਡੇ ਜਿਹੜੇ ਲੱਖਾਂ ਪੰਜਾਬੀ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲਦੀ ਹੈ, ਕੋਈ ਚੰਗੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਨੂੰ ਵਧੀਆ ਲੱਗਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਸਿੱਧੀਆਂ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਸਵਾਗਤ ਤੁਹਾਡਾ ਜ਼ਾਈਨੂ ਜਲਵੇ ਜੱਗੀ ਦੇ ਪ੍ਰੋਗਰਾਮ ਦੇ ਵਿੱਚ, ਅਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਅਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ। ਕਈ ਦਿਨਾਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਅੱਜ ਵੀ ਖਬਰਾਂ ਖੁਬਰਾਂ ਤਾਂ ਕਾਫੀ ਹੋਰ ਵੀ ਸੀਗੀਆਂ, ਪੁੱਠੀਆਂ ਸਿੱਧੀਆਂ, ਜਿੱਦਾਂ ਪੁੱਠੀਆਂ ਸਿੱਧੀਆਂ ਨਹੀਂ, ਖੈਰ ਜਿਹੜੀ ਭਾਰਤੀ ਖਬਰਾਂ ਹੁੰਦੀਆਂ ਜਿੱਦਾਂ ਦੀਆਂ ਲੀਡਰਾਂ ਦੀਆਂ ਉਹ ਵੀ ਸੀਗੀਆਂ। ਖੈਰ ਆਪਾਂ ਵਿਸ਼ੇ ਵੱਲ ਚੱਲਦੇ ਹਾਂ, ਖਬਰਾਂ ਜਿਹੜੀਆਂ ਰੰਗ ਬਿਰੰਗੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਵਿਸ਼ਾ ਇਹ ਹੈ ਵੀ ਜਦੋਂ 9ਵੀਂ 10ਵੀਂ 'ਚ ਪੜ੍ਹਦੇ ਹੁੰਦੇ ਸੀਗੇ ਤਾਂ ਤਕਰੀਬਨ ਇੱਕ ਲੇਖ ਆਉਂਦਾ ਹੁੰਦਾ ਸੀ ਜਿਹਦਾ ਰੱਟਾ ਸਾਡੇ ਟੀਚਰ ਲਵਾਉਂਦੇ ਹੁੰਦੇ ਸੀਗੇ, ਉਹ ਸੀ ਮਾਈ ਬੈਸਟ ਫਰੈਂਡ। ਮਾਈ ਬੈਸਟ ਫਰੈਂਡ ਦਾ ਲੇਖ ਜਿਹੜਾ, ਉਦੋਂ ਨਹੀਂ ਪਤਾ ਹੁੰਦਾ ਸੀ ਬੈਸਟ ਫਰੈਂਡ ਕੀ ਹੁੰਦਾ, ਬੈਸਟ ਫਰੈਂਡ ਕਿਹਨੂੰ ਕਹਿੰਦੇ, ਫਿਰ ਰੱਟਾ ਹੀ ਲਾਈਦਾ ਸੀਗਾ ਕਿ ਆਈ ਹੈਵ ਸੋ ਮੈਨੀ ਫਰੈਂਡਸ ਬਟ ਰਾਮ ਲਾਲ ਇਜ਼ ਮਾਈ ਬੈਸਟ ਫਰੈਂਡ, ਹੀ ਆਫਟਨ ਕਮ ਟੂ ਮਾਈ ਹੋਮ, ਮਾਈ ਮਦਰ ਲਵਜ਼ ਹਿਮ ਵੈਰੀ ਮੱਚ, ਦੇ ਐਂਡ ਦੇ ਮੋਰਲ ਹੁੰਦਾ ਸੀ ਇਹ ਫਰੈਂਡ ਇਨ ਏ ਡੀਡ ਇਜ਼ ਏ ਫਰੈਂਡ ਇਨ ਏ ਡੀਡ, ਮਤਲਬ ਮਿੱਤਰ ਉਹੀ ਜੋ ਔਖੇ ਵੇਲੇ ਕੰਮ ਆਵੇ। ਖੈਰ ਇਹ ਮਿੱਤਰ ਦੀ ਗੱਲ ਜਿਹੜੀ ਕੀਤੀ ਸੀ ਉਦੋਂ ਨਹੀਂ ਪਤਾ, ਬਾਅਦ ਦੇ ਵਿੱਚ ਪਤਾ ਲੱਗਿਆ ਵੀ ਜਦੋਂ ਮਿੱਤਰ ਅਸਲੀ ਬਣਦੇ ਨੇ। ਪਰ ਇਹ ਇੱਕ ਅਸੀਂ ਚਲੋ ਗੱਲ ਨਾਲ ਜੁੜੀ ਆ, ਵਿਸ਼ੇ ਵਾਲੇ ਪਾਸੇ ਫਿਰ ਚੱਲਦੇ ਹਾਂ। ਜਦੋਂ ਅਸੀਂ ਇੱਕ ਸਾਰੀ ਕੈਸਟ ਦੇ ਵਿੱਚ ਵੀ ਕੀਤਾ ਸੀ ਵੀ ਮਾਈ ਬੈਸਟ ਫਰੈਂਡ ਬੰਦਾ ਯਾਦ ਕਰਕੇ ਗਿਆ,
ਬੱਚਾ ਰੱਟਾ ਲਾ ਗਿਆ ਬੈਸਟ ਫਰੈਂਡ ਦਾ, ਅਤੇ ਮੈਡਮ ਨੇ ਕਿਹਾ ਸੀ ਵੀ ਲੇਖ ਇੱਕੋ ਜਿਹੇ ਹੀ ਹੁੰਦੇ ਆ, ਅਤੇ ਜਾ ਕੇ ਮਤਲਬ ਘਬਰਾਇਓ ਨਾ ਉਸੇ ਲੇਖ ਨੂੰ, ਉਰਾਂ ਪਰਾਂ ਕਰਕੇ ਵਿੰਗਾ ਟੇਡਾ ਕਰਕੇ ਠੀਕ ਹੋ ਜਾਂਦਾ, ਵੀ ਜਿਵੇਂ ਤੁਸੀਂ ਯਾਦ ਕਰਕੇ ਗਏ ਹੋ ਫੁੱਟਬਾਲ ਦਾ ਮੈਚ, ਅਤੇ ਆ ਗਿਆ ਤੁਹਾਨੂੰ ਹਾਕੀ ਦਾ ਮੈਚ, ਅਤੇ ਜਿੱਥੇ ਜਿੱਥੇ ਫੁੱਟਬਾਲ ਲਿਖਿਆ ਉੱਥੇ ਉੱਥੇ ਹਾਕੀ ਲਿਖ ਦਿਓ, ਹਾਕੀ ਲਿਖਿਆ ਉੱਥੇ ਫੁੱਟਬਾਲ ਲਿਖ ਦਿਓ, ਤਾਂ ਉਸ ਸੇਮ ਜੀ ਗੱਲ ਹੁੰਦੀ ਹੈ। ਤਾਂ ਉਹ ਬੰਦਾ ਕੁਛ ਸੀਗਾ ਸ਼ਰਾਰਤੀ ਜਿਹਾ ਮੁੰਡਾ, ਤੇ ਉਹਨੇ ਮਾਈ ਬੈਸਟ ਫਰੈਂਡ ਜਿਹੜਾ ਯਾਦ ਕਰਕੇ ਗਿਆ ਸੀਗਾ, ਅਤੇ ਉੱਥੇ ਆ ਗਿਆ ਮਾਈ ਫਾਦਰ, ਤਾਂ ਉਹ ਕਹਿੰਦਾ ਵੀ ਚੱਲ ਮੈਡਮ ਕਹਿੰਦੀ ਸੀ ਕਿਹੜਾ ਕੋਈ ਫਰਕ ਪੈਣਾ, ਜਿੱਥੇ ਜਿੱਥੇ ਫਰੈਂਡ ਲੱਗਦਾ ਹੀ ਉੱਥੇ ਉੱਥੇ ਫਾਦਰ ਲਾਤਾ, ਅਤੇ ਉਹ ਕੁਛ ਹੋਰ ਹੀ ਬਣ ਗਿਆ ਸੀ। ਆਈ ਹੈਵ ਸੋ ਮੈਨੀ ਫਾਦਰਸ ਬਟ ਰਾਮ ਲਾਲ ਇਜ਼ ਮਾਈ ਬੈਸਟ ਫਾਦਰ, ਹੀ ਆਫਨ ਕਮ ਟੂ ਮਾਈ ਹੋਮ, ਮਤਲਬ ਮਾਈ ਮਦਰ ਲਵਸ ਹਿਮ ਵੈਰੀ ਮੱਚ, ਇਹ ਫਾਦਰ ਇਜ਼ ਇਨ ਏ ਨੀਡ, ਇਜ਼ ਇਹ ਫਾਦਰ ਇਨ ਏ ਡੀਪ, ਉਹ ਹੀ ਜੋ ਮੁਸ਼ਕਿਲ ਵੇਲੇ ਕੰਮ ਆਵੇ। ਚਲੋ ਖੈਰ ਇਹਦੇ ਪਾਸੇ ਨਹੀਂ ਜਾਣਾ, ਗੱਲ ਕਰੀਏ ਉਹਦੇ 'ਚ ਜਿਹੜਾ ਆਖਰੀ ਮੋਰਲ ਨਿਕਲਦਾ ਸਿੱਖਿਆ ਜਿਹਨੂੰ ਅਸੀਂ ਕਹਿ ਦਿੰਦੇ ਹੁੰਦੇ ਹਾਂ, ਦੋਸਤ ਉਹੀ ਜਿਹੜਾ ਔਖੇ ਵੇਲੇ ਕੰਮ ਆਵੇ। ਸੋ ਅੱਜ ਦੋਸਤੀ ਦੀ ਅਗਰ ਗੱਲ ਕਰੀਏ, ਪੁਰਾਣੀ ਦੋਸਤੀ ਨੂੰ ਅੱਜ ਦੀ ਦੋਸਤੀ ਨਾਲ ਕੰਪੇਅਰ ਕਰੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਪਹਿਲੇ ਸਮਿਆਂ ਦੇ ਵਿੱਚ ਵੀ ਦੋਸਤ ਜਿਹੜਾ ਹੁੰਦਾ ਸੀ ਉਹ ਕਹਿੰਦੇ ਵੀ ਮਤਲਬ ਯਾਰੀ ਦੋਸਤੀ ਨਿਭਾਉਂਦੇ ਸੀਗੇ, ਯਾਰੀ ਕਹਿੰਦੇ ਸੀ, ਅਤੇ ਜਾਂ ਅਸੀਂ ਨਿੱਕੇ ਹੁੰਦੇ ਸਕੂਲ ਦੇ ਵਿੱਚ ਆੜੀ ਕਹਿੰਦੇ ਸੀ, ਇੱਕ ਆੜੀ ਲਫ਼ਜ਼ ਹੁੰਦਾ ਸੀ, ਉਹ ਬੱਚਿਆਂ ਨੂੰ ਉਹਦਾ ਮਤਲਬ ਨਹੀਂ ਪਤਾ ਹੁੰਦਾ, ਆੜੀ ਦਾ ਮਤਲਬ ਆੜੀ, ਪੱਕੀ ਆੜੀ ਆ, ਆੜੀ ਨੂੰ ਇਕੱਠੀ ਕਰਦੇ ਸੀ, ਯਾਰੀ ਨੂੰ ਇਕੱਠੀ ਕਦੇ ਨਹੀਂ ਹੁੰਦੀ, ਜਿਹੜੀ ਇਕੱਠੀ ਕਰਦੇ ਹੁੰਦੇ ਨਿੱਕੇ ਹੁੰਦੇ ਆੜੀ ਨੂੰ ਇਕੱਠੀ ਕਰਦੇ ਸੀ। ਆੜੀ ਦੇ ਵਿੱਚ ਬੱਚੇ ਕੁੜੀਆਂ ਵੀ ਹੁੰਦੇ ਸੀ, ਬੱਚੇ ਮੁੰਡੇ ਵੀ ਹੁੰਦੇ ਸੀ, ਉਹਨਾਂ ਨੂੰ ਉਹ ਇੱਕ ਵਧੀਆ ਮਾਹੌਲ ਹੁੰਦਾ ਸੀ ਉਹਦੇ 'ਚ, ਉਹਨੂੰ ਆੜੀ ਕਹਿ ਦਿੰਦਾ ਸੀ। ਚਲੋ ਵੱਡੇ ਹੋਏ, ਯਾਰੀ ਯਾਰੀ ਜੱਟ ਦੀ ਤੂਹ ਦਾ ਮੋਛਾ ਕਦੇ ਨਾ ਵਿਚਾਲਿਓ ਟੁੱਟਦੀ, ਇਹੋ ਜਿਹੀ ਜਿਹੜੀ ਕਹਾਵਤਾਂ ਬਣੀਆਂ ਉਹ ਸਹੀ ਬਣੀਆਂ ਸੀਗੀਆਂ। ਹਿੰਦੀ ਫਿਲਮੀ ਗਾਣੇ ਬਹੁਤ ਸਾਰੇ, ਯੇ ਦੋਸਤੀ ਹਮ ਨਹੀਂ ਤੋੜੇਂਗੇ, ਹਾਂਜੀ ਤੋੜੇਂਗੇ ਦਮ ਮਗਰ ਦੋਸਤੀ ਨਹੀਂ ਛੋੜੇਂਗੇ, ਇੱਦਾਂ ਦੇ ਇੰਨੇ ਕੁ ਗਾਣੇ ਪੰਜਾਬੀ ਹਿੰਦੀ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਹਾਂ, ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਹਾਂ। ਸੋ ਦੋਸਤਾਂ ਦੀ ਦੋਸਤੀ ਦੇ ਨਾਮ ਬੜਾ ਕੁਛ ਕੀਤਾ ਜਾਂਦਾ ਸੀਗਾ, ਉਹ ਦੋਸਤ ਜਿਹੜੇ ਮੁਸੀਬਤ ਵੇਲੇ ਕੰਮ ਆਉਂਦੇ ਸੀ। ਲੇਕਿਨ ਅੱਜ ਕੱਲ੍ਹ ਜਿਹੜਾ ਮਾਹੌਲ ਬਦਲ ਗਿਆ, ਸਮੇਂ ਦੇ ਚੱਕਰ ਵੇਖ ਕੇ ਸੂਝਵਾਨ ਸੋਚੀ ਪੈ ਗਿਆ, ਇਸੇ ਕਰਕੇ ਸੋਚੀ ਪੈ ਗਿਆ, ਅਕਸਰ ਗੱਲ ਕਰੀ ਦੀ ਹੈ ਸਮਾਂ ਬਦਲਿਆ, ਇਸੇ ਕਰਕੇ ਸੋਚੀ ਪੈ ਗਈ ਵੀ ਅੱਜ ਸਮਝ ਹੀ ਨਹੀਂ ਆਉਂਦੀ ਵੀ ਕਿਹੜਾ ਦੋਸਤ ਆ ਕਿਹੜਾ ਅਤੇ ਕਿਹੜਾ ਨਹੀਂ ਦੋਸਤ, ਕਿਤੇ ਵਿਸ਼ਵਾਸ ਕਰੀਏ ਕਿਤੇ ਨਹੀਂ ਕਰੀਏ, ਕਿਹੜਾ ਰਿਸ਼ਤੇਦਾਰ ਕਿਹੜਾ ਨਹੀਂ ਹੈ, ਬਿਲਕੁਲ ਸਮਝ ਨਹੀਂ ਆਉਂਦੀ ਵੀ ਕਰੀਏ ਕੀ। ਪਹਿਲੇ ਦੋਸਤ ਯਾਰੀ ਪਿੱਛੇ ਦਾ ਜਾਨ ਦਿੰਦੇ ਸੀਗੇ ਸਾਰੇ, ਅੱਜ ਕੱਲ੍ਹ ਦੇ ਮੁਸੀਬਤ ਵਿੱਚ ਪਾ ਕੇ ਜ਼ਿਆਦਾ ਖੁਸ਼ ਨੇ, ਦੋਸਤ ਨੂੰ ਮੁਸੀਬਤ ਪਾ ਕੇ ਆਪ ਨਿਕਲਣਾ ਜ਼ਿਆਦਾ ਖੁਸ਼ ਹੁੰਦੇ। ਇੱਕ ਦੋ ਕਹਿੰਦੇ ਬੜੇ ਵਧੀਆ ਪੱਕੇ ਦੋਸਤ ਸੀਗੇ, ਐਨ ਕਹਿੰਦੇ ਵੀ ਦੁਨੀਆ ਉਹਨਾਂ ਦੀ ਦੋਸਤੀ ਦੀਆਂ ਗੱਲਾਂ ਕਰਦੀ ਸੀ। ਅਤੇ ਇੱਕ ਦਿਨ ਉਹ ਕਿਤੇ ਗਏ ਅਤੇ ਨਹਿਰ ਦੇ ਕੋਲ ਦੀ ਲੰਘੇ, ਅਤੇ ਨਹਿਰ ਦੇ ਉੱਪਰ ਲਿਖਿਆ ਵੀ ਡੁੱਬਦੇ ਨੂੰ ਬਚਾਉਣ ਵਾਲੇ ਨੂੰ 1,000 ਰੁਪਈਆ ਇਨਾਮ ਦਿੱਤਾ ਜਾਏਗਾ, ਡੁੱਬਦੇ ਨੂੰ ਬਚਾਉਣ। ਦੋ ਦੋਸਤ ਸੀਗੇ, ਕਹਿੰਦੇ ਯਾਰ ਆਪਣੀ ਦੋਸਤੀ ਪੱਕੀ ਆ, ਐਂ ਕਰ ਮਾੜਾ ਟਾਈਮ ਚੱਲ ਰਿਹਾ, ਪੈਸੇ ਪੂਸੇ ਹੈ ਨਹੀਂ, ਤੂੰ ਐਂ ਕਰ ਮੈਂ ਛਾਲ ਮਾਰਦਾ ਵਿੱਚ ਨਹਿਰ ਦੇ, ਤਾਂ ਤੂੰ ਮੈਨੂੰ ਕੱਢ ਲਈ ਤਾਂ ਆਪਾਂ ਨੂੰ 1,000 ਰੁਪਈਆ ਮਿਲ ਜੂਗਾ, ਅਤੇ 500-500 ਕਰ ਲਾਂਗੇ। ਉਹ ਕਹਿੰਦਾ ਠੀਕ ਆ। ਉਹ ਬੰਦੇ ਨੇ ਦੋਸਤ ਨੇ ਛਾਲ ਮਾਰਤੀ, ਦੂਜਾ ਜਿਹੜਾ ਖਾਸ ਦੋਸਤ ਸੀਗਾ ਉਹਨੂੰ ਕੱਢਣ ਦੀ ਬਜਾਏ ਥੋੜ੍ਹੀ ਦੇਰ ਪਹਿਲਾਂ ਕੱਢਣ ਲੱਗਾ, ਮੁੜ ਕੇ ਹੱਥ ਛੱਡਤਾ, ਤਾਂ ਉਹ ਪਿੱਛੇ ਰਹਿ ਗਿਆ, ਵਿੱਚੇ ਰਹਿ ਗਿਆ ਤਾਂ ਛੱਡ ਕੇ ਤਾਂ ਆਪ ਪਿੱਛੇ ਆ ਗਿਆ। ਉਹ ਵਿੱਚੋਂ ਰੌਲਾ ਪਾਵੇ ਵੀ ਤੂੰ ਮੇਰਾ ਦੋਸਤ ਆ ਖਾਸ ਯਾਰ, ਤੂੰ ਵਾਅਦਾ ਕੀਤਾ, ਤੂੰ ਆ ਪੜ੍ਹਿਆ ਲਿਖਿਆ ਵੀ ਆਪਾਂ ਨਾਲੇ ਤੂੰ ਮੈਨੂੰ ਕੱਢੇਂਗਾ ਅਤੇ ਆਪਣੇ 500-500 ਰੁਪਈਆ ਆ ਜਾਊ ਦੋਹਾਂ ਨੂੰ, ਤਾਂ ਤੂੰ ਹੁਣ ਪਿੱਛੇ ਕਿਉਂ ਹਟ ਗਿਆ। ਉਹ ਕਹਿੰਦਾ ਯਾਰ ਦੋਸਤੀ ਆਪਣੀ ਜਗ੍ਹਾ ਜਿੱਥੇ ਇਹ ਲਿਖਿਆ ਹੋਇਆ ਵਾ ਵੀ ਨਹਿਰ 'ਚੋਂ ਡੁੱਬਦੇ ਨੂੰ ਕੱਢਣ ਵਾਲੇ ਨੂੰ 1,000 ਰੁਪਈਆ ਇਨਾਮ ਦਿੱਤਾ ਜਾਊਗਾ, ਉਹਦੇ ਸਾਈਡ 'ਤੇ ਨਹੀਂ ਤੂੰ ਪੜ੍ਹਿਆ ਲਿਖਿਆ, ਇੱਕ ਸਾਈਡ 'ਤੇ ਵੀ ਲਿਖਿਆ ਹੋਇਆ ਕਿ ਲਾਸ਼ ਕੱਢਣ ਵਾਲੇ ਨੂੰ 2,000 ਰੁਪਈਆ ਇਨਾਮ ਦਿੱਤਾ ਜਾਊਗਾ। ਉਹ ਕਹਿੰਦਾ ਵੀ ਤੂੰ ਡੁੱਬੇਗਾ ਤਾਂ ਮੈਨੂੰ 2,000 ਨੂੰ। ਅੱਜ ਕੱਲ੍ਹ ਦੀ ਦੋਸਤੀ ਅਕਸਰ ਇਹ ਗੱਲ ਕਰਦੇ ਹਾਂ। ਅਸੀਂ ਦੂਜੀ ਗੱਲ ਇਹ ਕਰੀਏ ਕਿ ਪਹਿਲੇ ਸਮਿਆਂ ਦੇ ਵਿੱਚ ਦੋਸਤ ਦੋਸਤ ਦੇ ਕੰਮ ਆਉਂਦਾ ਸੀਗਾ, ਅੱਜ ਜੇ ਕੋਈ ਕੰਮ ਆ ਤਾਂ ਸਭ ਤੋਂ ਪਹਿਲਾਂ ਅਗਲਾ ਦੋਸਤ ਨੂੰ ਫੁੰਡਦਾ, ਫਿਰ ਇਹ ਹਿਸਾਬ ਲਾਉਂਦਾ ਵੀ ਆਹ ਦੋਸਤ ਜਿਹੜਾ ਇਹ ਮੇਰੇ ਕੰਮ ਆਊਗਾ, ਕੋਈ ਵੀ ਕੰਮ ਹੋਵੇ ਉਸ ਦੋਸਤ ਕੋਲ ਜਾਣਾ। ਔਰ ਖਾਸ ਤੌਰ 'ਤੇ ਦੋਸਤੀ ਜਿਹੜੀ ਹੈ ਉਹ ਪੈਸੇ ਧੇਲਿਆਂ ਦੇ ਵਿੱਚ ਖਰਾਬ ਹੋ ਗਈ। ਸਿਆਣੇ ਕਹਿੰਦੇ ਵੀ ਅਗਰ ਕੋਈ ਗੁਆਂਢੀ ਤੰਗ ਕਰਦਾ ਨਾ ਤੁਹਾਨੂੰ, ਜ਼ਿਆਦਾ ਤੰਗ ਕਰਦਾ, ਪਰੇਸ਼ਾਨ ਕਰਦਾ, ਤਾਂ ਉਹਨੂੰ ਪੈਸੇ ਉਧਾਰੇ ਦੇ ਦਿਓ, ਮੁੜ ਕੇ ਪਰੇਸ਼ਾਨ ਛੱਡੋ, ਤੁਹਾਨੂੰ ਸ਼ਕਲ ਦਿਖਾ ਗਿਆ ਕਹਿ ਦਿਓ। ਸੋ ਦੋਸਤੀ ਦੇ ਵਿੱਚ ਵੀ ਇਹ ਚੀਜ਼ਾਂ ਬਹੁਤ ਵਰਤਦੇ ਲੋਕ। ਕਈ ਦੋਸਤ ਨੇ ਪੈਸਾ ਧੇਲਾ, ਇੱਕ ਦੂਜੇ ਦੇ ਕੰਮ ਆਉਂਦਾ ਆਉਂਦਾ ਜਾਂਦਾ, ਵਾਪਸ ਕਰਦੇ ਟਾਈਮ ਸਿਰ ਸਾਰਾ ਕੁਝ ਬਿਲਕੁਲ ਸਹੀ ਸਲਾਮ ਦਾ, ਪਰ ਕਈ ਦੋਸਤ ਜਿਹੜੇ ਹੈਗੇ ਨੇ ਉਹਨਾਂ ਨੇ ਮਿੱਥ ਕੇ ਵੀ ਅੱਜ ਕਿਹੜਾ ਦੋਸਤ ਫੁੰਡਣਾ ਹੈ ਯਾਰ, ਫਲਾਨਾ ਨਹੀਂ ਫਲਾਨੇ ਕਦੋਂ ਲਏ ਸੀ ਤਾਂ ਉਹ ਮੁੜ ਕੇ ਸੂਧ ਨਹੀਂ ਆਉਣਾ ਗਾ, ਚਲੋ ਫਲਾਨੇ ਨੂੰ ਕਰਦੇ ਫੋਨ ਅੱਜ, ਹਾਂਜੀ ਉਹਨੂੰ ਫੋਨ ਕਰਨਾ, ਉਹ ਯਾਰ ਮੈਂ ਬਾਹਰ ਆਇਆ ਸੀਗਾ, ਮੈਂ ਨਾ ਇੱਥੇ ਦਿੱਲੀ ਵਾਲੇ ਪਾਸੇ ਆਇਆ ਸੀ, ਬਹੁਤ ਜ਼ਰੂਰੀ ਕੰਮ ਮੀਟਿੰਗ ਪੈ ਗਈ ਇੱਕ,
ਤੇ ਮੈਂ ਮੁੜਿਆ ਹੋਣਾ ਸੀ ਤੇ ਮੇਰੇ ਕੋਲ ਹੁਣ ਮੁੜ ਨਹੀਂ ਹੋਣਾ। ਮੈਂ ਹੁਣ ਮੈਂ ਮਤਲਬ 10 ਦਿਨਾਂ ਨੂੰ ਮੁੜਨਾ, ਤੂੰ ਯਾਰ ਕੰਮ ਕਰ, ਤੇਰੀ ਭਰਜਾਈ ਨੂੰ ਪਿੱਛੇ 1.5 ਲੱਖ ਰੁਪਏ ਲੋੜ ਪੈ ਗਈ, ਮੇਰਾ ਵੀਰ ਫੜਾ ਕੇ ਆ, ਇਹ ਵੀ ਨਹੀਂ ਪੁੱਛਣਾ ਵੀ ਹੈਗੇ ਕਿ ਨਹੀਂ ਹੈਗੇ। ਅਤੇ ਫਿਰ ਉਹ ਕਹਿੰਦਾ ਵੀ ਫੜਾ, ਮੈਂ ਯਾਰ ਪੈਸੇ ਤਾਂ ਹੈ ਨਹੀਂ, ਚੱਲ ਮੈਂ ਅਰੇਂਜ ਕਰਕੇ ਫੜਾਇਆ ਉਹਨਾਂ ਦਾ, ਤੂੰ ਕਦੋਂ ਆਉਣਾ? ਮੈਂ ਕਿਹਾ 10 ਦਿਨ ਬਾਅਦ ਆ ਕੇ ਮੈਂ ਆਉਂਦੇ, ਸਭ ਤੋਂ ਪਹਿਲਾਂ ਤੇਰੇ ਪੈਸੇ ਮੋੜਨੇ। ਖਾਸ ਦੋਸਤ, ਖਾਸ ਦੋਸਤ ਜਿਹੜਾ ਹੁੰਦਾ ਉਹ ਇਹ ਸੋਚ ਕੇ ਕਿ ਦੋਸਤ ਨੂੰ ਅੱਜ ਮੁਸੀਬਤ ਆ, ਅਤੇ ਉਹ ਕਿਤੋਂ ਇਧਰੋਂ ਉਧਰੋਂ ਕਰਕੇ 1.5 ਲੱਖ ਰੁਪਈਆ ਫੜਾਇਆ ਆਉਂਦਾ, ਅਤੇ ਮੁੜ ਕੇ 10 ਦਿਨ ਕੀ ਮਹੀਨਾ, 2 ਮਹੀਨੇ, 3 ਮਹੀਨੇ, ਮੁੜ ਕੇ ਬੰਦਾ ਮੋਬਾਈਲ ਨੰਬਰ ਵੀ ਬਦਲ ਲੈਂਦਾ, ਘਰ ਜਾਂਦਾ ਬੰਦਾ ਦੋਸਤ ਦੇ, ਖਾਸ ਦੋਸਤ ਦੇ ਵੀ ਚਲੋ ਕੋਈ ਨਹੀਂ, ਦੋਸਤ ਯਾਰ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ, ਘਰ ਜਾਂਦਾ ਅਤੇ ਉਹ ਮਿਲ ਪੈਂਦਾ ਘਰੇ, ਨਹੀਂ ਨਹੀਂ ਯਾਰ ਮੈਂ ਬਿਜ਼ੀ ਹੋ ਗਿਆ, ਆਉਂਦਾ ਬਿਮਾਰ ਹੋ ਗਿਆ, ਆਉਂਦਾ ਇਹ ਹੋ ਗਿਆ, ਆਉਂਦਾ ਉਹ ਹੋ ਗਿਆ, ਤਾਂ ਪਰਸੋਂ ਨੂੰ ਤੇਰੇ ਪੈਸੇ ਪੱਕੇ ਮੋੜਦੇ ਨੇ। ਬੰਦਾ ਕਹਿੰਦਾ ਠੀਕ ਹੈ ਯਾਰ, ਔਖਾ ਟਾਈਮ ਹੈਗਾ, ਪਰਸੋਂ ਦੇਖ ਲੈਂਦੇ, ਪਰਸੋਂ ਕਿਹੜੀ ਮੁੜ ਕੇ, ਫਿਰ ਫੋਨ ਨਹੀਂ ਚੱਕਣਾ, ਕਰਦੇ ਕਰਾਉਂਦੇ, ਫਿਰ ਗੇੜਾ ਮਾਰਨਾ ਵੀ ਮੈਂ ਯਾਰ ਕਿਸੇ ਤੋਂ ਫੜ ਕੇ ਪੈਸੇ ਦਿੱਤੇ, ਕੋਈ ਨਹੀਂ ਯਾਰ ਦੇ ਦੂੰਗਾ, ਜ਼ਰੂਰ ਜ਼ਰੂਰ ਦੇਵਾਂਗੇ, ਹੱਥ ਬੰਨ ਕੇ ਦੇਵਾਂਗੇ ਯਾਰ। ਚਲੋ ਕਰਦੇ ਕਰਾਉਂਦੇ ਅਖੀਰ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਯਾਰ, ਕਿਤੇ ਭੱਜੇ ਤਾਂ ਨਹੀਂ ਜਾਂਦੇ ਅਸੀਂ, ਪੈਸੇ ਲਏ ਯਾਰ ਹੱਥੀਂ ਬੱਧੀ ਮੋੜਾਂਗੇ, ਭੱਜੇ ਥੋੜ੍ਹੀ ਜਾਂਦੇ ਕਦੇ, ਦੇਵਾਂਗੇ ਪੈਸੇ। ਫਿਰ ਅਗਲੀ ਕਵੇਰ ਜਦੋਂ ਔਖਾ ਸੌਖਾ ਹੁੰਦਾ ਵੀ ਯਾਰ ਇਹ ਕੋਈ ਤਰੀਕਾ ਹੈਗਾ, ਤੁਸੀਂ ਮੇਰੇ ਕੋਲ ਪੈਸੇ ਲਏ, ਮੈਂ ਗਾਂ ਫੜ ਕੇ ਤੇ ਮੈਂ ਮੋੜਨੇ ਆ, ਤੂੰ ਕਹਿੰਦਾ ਹੁਣ ਹੈ ਨਹੀਂ, ਕਿੱਥੋਂ ਦਈਏ, ਜਾਂ ਕਰ ਲਾ ਜੋ ਕਰਨਾ। ਚਲੋ ਆਹ ਦੋਸਤੀ ਜਿਹੜੀ ਹੈਗੀ ਆ ਇੱਥੇ ਖੜ ਗਈ ਆ ਕੇ ਅੱਜ ਕੱਲ੍ਹ ਦੀ। ਫਿਰ ਗੱਲ ਕਰੀਏ ਅੱਜ ਕੱਲ੍ਹ, ਹੁਣ ਦੋਸਤੀ ਕਹਿੰਦੇ ਜੀ ਫਰੈਂਡ ਰਿਕੁਐਸਟ ਭੇਜੀ ਸੀ ਫਲਾਣੇ ਤੋਂ, ਜਵਾਬ ਨੇ ਤਾਂ ਮੈਨੂੰ ਬੜੇ ਮੈਸੇਜ ਆਉਂਦੇ ਆ, ਉੱਤੇ ਜਾਂ ਹੁਣ ਤਾਂ ਫੋਨ ਵੀ ਆਉਣ ਲੱਗ ਪਿਆ ਕਿ ਭਾਜੀ ਆਕੜ ਹੋ ਗਈ, ਫਰੈਂਡ ਰਿਕੁਐਸਟ ਭੇਜੀ ਸੀ ਤੁਸੀਂ, ਮੇਰੀ ਅਸੈਪਟੀ ਨਹੀਂ ਕੀਤੀ, ਦੋਸਤੀ ਦੀ ਰਿਕੁਐਸਟ। ਅਤੇ ਉਹ ਹੁਣ ਰਿਕੁਐਸਟ ਕੀ ਕਰਨੀ ਅਸੈਪਟ? ਅੱਜ ਕੱਲ੍ਹ ਜਿਹੜੀ ਦੋਸਤੀ ਹੈ, ਇੱਕ ਕਲਿੱਕ 'ਤੇ ਦੋਸਤੀ ਹੋ ਗਈ, ਕਲਿੱਕ ਦੇ ਨਹੀਂ, ਚਲੋ ਇੱਕ ਬਟਨ ਦਬਾਇਆ ਤਾਂ ਦੋਸਤੀ ਹੋ ਗਈ, ਬੜੀ ਵਧੀਆ ਚੱਲੀ ਗਈ ਦੋਸਤੀ। ਤੁਸੀਂ ਕੰਮ ਕੋਈ ਕਹਿਤਾ ਨਾ, ਉਹਨੇ ਤੁਹਾਨੂੰ ਕੋਈ ਕੰਮ ਕਹਿਤਾ, ਤੁਸੀਂ ਜਵਾਬ ਦਿੱਤਾ, ਤਾਂ ਦੋਸਤੀ ਖਤਮ। ਚਲੋ ਜੀ ਦੂਜੀ ਕਲਿੱਕ 'ਤੇ ਦੋਸਤੀ ਖਤਮ, ਚੱਲ ਉਹ ਕੀ ਕਹਿੰਦੇ ਹੁੰਦੇ, ਅਨਫਰੈਂਡ ਕਰ ਦਿਓ ਜੀ ਇਹਨੂੰ। ਦੋਸਤੀ ਦੇ ਮਾਇਨੇ ਜਿਹੜੇ ਉਹ ਬਦਲ ਗਏ। ਦੋਸਤੀ, ਦੋ ਸੱਤ ਦਾ ਮਤਲਬ, ਸੱਤ ਦਾ ਮਤਲਬ ਸੱਚਾਈ ਹੁੰਦਾ, ਦੋ ਦਾ ਮਤਲਬ ਦੋ ਹੋ ਗਿਆ, ਸਿਆਣੇ ਤਾਂ ਇਹ ਕਹਿੰਦੇ ਆ ਵੀ ਜਿੱਥੇ 2 7 ਮਿਲਦੇ ਨੇ, ਜਿੱਥੇ 2 ਸੱਚਾਈਆਂ ਮਿਲਦੀਆਂ ਨੇ, ਉਹਨੂੰ ਦੋਸਤ ਕਿਹਾ ਜਾਂਦਾ ਹੈ। ਸੀ ਆਪਾਂ ਨਾਲ ਹੁਣ ਸੀ ਲਾਉਂਦੇ ਹਾਂ, ਉਹਨੂੰ ਦੋਸਤ ਕਿਹਾ ਜਾਂਦਾ ਸੀਗਾ। ਅਤੇ ਸਿਆਣੇ ਇਹ ਵੀ ਕਹਿੰਦੇ ਸੀਗੇ, ਕਿਸੇ ਨੇ ਪੁੱਛਿਆ ਕਿਸੇ ਨੂੰ, ਸਿਆਣੇ ਬੰਦੇ ਨੂੰ ਪੁੱਛਿਆ ਕਿ ਦੋਸਤੀ ਦਾ ਕੀ ਮਤਲਬ ਹੈ, ਦੋਸਤੀ ਦਾ ਕੀ ਮਤਲਬ ਹੈ। ਤਾਂ ਉਹ ਸਿਆਣੇ ਬੰਦੇ ਦਾ ਜਵਾਬ ਸੀ ਵੀ ਇੱਕ ਦੋਸਤੀ ਹੀ ਐਸਾ ਰਿਸ਼ਤਾ ਹੈ ਜਿਹਦਾ ਕੋਈ ਮਤਲਬ ਨਹੀਂ। ਜੇ ਦੋਸਤੀ ਸੱਚੀ ਹੈ, ਦੋਸਤੀ ਅਸਲੀ ਹੈ, ਤਾਂ ਉਹਦਾ ਕੋਈ ਮਤਲਬ ਨਹੀਂ। ਬਿਨਾਂ ਮਤਲਬ ਤੋਂ ਦੋਸਤੀ ਹੁੰਦੀ ਹੈ, ਚੰਗਾ ਬੰਦਾ ਦੇਖ ਕੇ ਦੋਸਤੀ ਹੁੰਦੀ ਹੈ। ਦੋਸਤੀ ਦੀਆਂ ਉਦਾਹਰਨਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਬਹੁਤ ਸਮਾਂ ਪਹਿਲਾਂ, ਬਹੁਤ ਸਮਾਂ ਪਹਿਲਾਂ, ਜਿੱਥੇ ਜਿੱਥੇ ਵੀ ਦੋਸਤੀ ਦੇ ਵਿੱਚ ਕੋਈ ਪੰਗਾ ਪਿਆ, ਕਿਸੇ ਨੇ ਦੋਸਤ ਦੀ ਘਾਤ, ਪੱਗ ਵੱਟ ਭਰਾ ਅਸੀਂ ਕਹਿੰਦੇ ਸੀ ਦੋਸਤਾਂ ਨੂੰ, ਇਹਨੇ ਪੱਗ ਵੱਟ ਭਰਾ ਬਣ ਗਏ ਆ, ਅਤੇ ਇੱਕ ਕਿਸਮ ਦੀ ਉਹਦੀ ਗੱਲ ਜਿਹੜੀ ਆ ਉਹਦੀ ਜ਼ਿੰਮੇਵਾਰੀ ਉੱਤੇ ਆ ਗਈ, ਉਹਦੀ ਉੱਤੇ ਆ ਗਈ। ਔਰ ਇਹ ਸੱਚੀਆਂ ਗੱਲਾਂ ਵੀ ਹੈ ਜੀ, ਬਿਲਕੁਲ ਸੱਚੀਆਂ ਗੱਲਾਂ ਦੇਖਣ ਵਾਲੀਆਂ ਹੈਗੀਆਂ ਕਿ ਦੋ ਪੱਗ ਵੱਟ ਭਰਾ ਬਣ ਗਏ, ਉਹਨਾਂ ਵਿੱਚੋਂ ਇੱਕ ਨੂੰ ਕੋਈ 19 ਹੋ ਗਈ, ਡੈਥ ਹੋ ਗਈ, ਨਹੀਂ ਰਹੇ ਇਸ ਦੁਨੀਆਂ ਦੇ ਵਿੱਚ, ਅਤੇ ਦੂਜਾ ਪੱਗ ਵੱਟ ਭਰਾ ਜਿਹੜਾ ਉਹ ਤੁਹਾਡੇ ਵੀ ਜ਼ਿਹਨ ਦੇ ਵਿੱਚ ਹੋਣਗੀਆਂ, ਤੁਹਾਡੇ ਵੀ ਇਹੋ ਜਿਹੀਆਂ ਦੋਸਤੀਆਂ ਨਜ਼ਰ ਦੇ ਵਿੱਚ ਹੋਣਗੀਆਂ, ਅਤੇ ਦੂਜਾ ਭਰਾ ਜਿਹੜਾ ਉਹ ਫਿਰ ਆਪਦੀ ਜ਼ਿੰਮੇਵਾਰੀ ਸਮਝ ਕੇ ਵੀ ਉਹ ਇਸ ਦੁਨੀਆਂ 'ਚ ਨਹੀਂ ਰਿਹਾ, ਉਹਦੇ ਪਰਿਵਾਰ ਦਾ ਸਾਰੇ ਦਾ ਪਾਲਣ ਪੋਸ਼ਣ ਖਰਚਾ ਪਾਣੀ ਸਾਰਾ ਉਹ ਦੋਸਤ ਕਰਦਾ ਹੈ ਸੀ। ਅਤੇ ਅੱਜ ਕੱਲ੍ਹ ਅਸੀਂ ਜੇ ਗੱਲ ਕਰੀਏ ਤਾਂ ਉਹ ਬੜਾ ਕੁਛ ਬਦਲ ਗਿਆ। ਸੋ ਇਹ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਨੀਆਂ ਵੀ ਦੋਸਤ ਲਫ਼ਜ਼, ਜਿਹੜਾ ਦੋਸਤ ਲਫ਼ਜ਼ ਹੈ ਉਹ ਪੁਰਾਣ ਦਾ ਗਾਣਾ ਵੀ ਕਿੰਨਾ ਸੀ ਜ਼ੰਜੀਰ ਦੇ ਵਿੱਚ, ਯਾਰੀ ਹੈ ਈਮਾਨ ਮੇਰਾ, ਯਾਰ ਮੇਰੀ ਜ਼ਿੰਦਗੀ, ਯਾਰ ਨੂੰ ਜ਼ਿੰਦਗੀ ਕਹਿੰਦੇ ਸੀ। ਅੱਜ ਕੱਲ੍ਹ ਇਹ ਹੈ ਵੀ ਯਾਰ ਤੋਂ ਫਾਇਦੇ ਕਿਵੇਂ ਲੈਣੇ, ਬਸ ਕੋਈ ਬੱਚੇ ਨੇ ਕੰਮ ਸ਼ੁਰੂ ਕੀਤਾ, ਭਤੀਜੇ ਭਤੁੱਜੇ ਨੇ, ਤਾਂ ਸਭ ਤੋਂ ਪਹਿਲਾਂ ਯਾਰਾਂ ਨੂੰ ਫੜਨਾ ਲੈ, ਵੀਰੇ ਵੀਰੇ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ ਭਰਾ ਵੇ, ਦੇਖੋ ਭਰਾ ਭਰਾ ਦੇ ਕੰਮ ਨਹੀਂ ਆਊਗਾ ਤਾਂ ਕੌਣ ਆਊਗਾ, ਵੀਰੇ ਇੱਥੋਂ ਕਰਾ ਲਈ ਨਾ ਇੱਕ ਪੋਲਿਸੀ ਕਰਾ ਲਈ ਯਾਰ, ਵਿਚਾਰੇ ਦਾ ਕੰਮ ਚੱਲ ਜਾਊ, ਬੰਦਾ ਮੂੰਹ ਮੁਲਾ ਜਿਹਨੂੰ ਕਰਾ ਲੈਂਦਾ ਵੀ ਚੱਲ ਯਾਰ, ਦੋਸਤ ਨੇ ਕਿਹਾ। ਸੋ ਸਭ ਤੋਂ ਅੱਜ ਕੱਲ੍ਹ ਸਭ ਤੋਂ ਪਹਿਲਾਂ ਦੋਸਤ ਨੂੰ ਫੁੰਡਦੇ ਹਾਂ। ਸੋ ਤੁਹਾਡੇ ਵਿਚਾਰ ਮੁਤਾਬਕ ਦੋਸਤੀ ਅੱਜ ਕੱਲ੍ਹ ਕਿੱਥੇ ਖੜ੍ਹੀ ਹੈ? ਕੀ ਦੋਸਤੀ ਸਿਰਫ ਪ੍ਰੋਫੈਸ਼ਨਲ ਰਹਿ ਗਈ ਹੈ? ਕੀ ਦੋਸਤੀ ਸਿਰਫ ਮਤਲਬ ਦੀ ਰਹਿ ਗਈ? ਸਾਨੂੰ ਕਿਸੇ ਨੂੰ ਮਤਲਬ ਤੱਕ ਹੈਗਾ ਤਾਂ ਹੀ ਅਸੀਂ ਗੱਲ ਕਰਦੇ ਹਾਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਮੈਂ ਵੀ ਉਹਨਾਂ 'ਚੋਂ ਆਉਂਦਾ ਹੋ ਸਕਦਾ ਕਿ ਜਦੋਂ ਕੰਮ ਹੈ ਉਦੋਂ ਹੀ ਫੋਨ ਕਰਨਾ।
ਵੀ ਯਾਰ ਬਸ ਆਹ ਬਸ ਯਾਰ ਉਹ ਮੈਂ ਕਰ ਹੀ ਨਹੀਂ ਹੋਇਆ ਫੋਨ, ਬਿਜੀ ਸੀ ਬਸ। ਤੇਰੇ ਭਤੀਜੇ ਨੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਸੀ ਯਾਰ, ਤੇਰਾ ਮੁੰਡਾ ਮੇਰਾ ਮੁੰਡਾ ਫਰਕ ਹੈ ਕੋਈ? ਬਸ ਉਹ ਮੈਂ ਭੇਜ ਰਿਹਾ ਅਤੇ ਪੋਲਸੀਆਂ ਦੋ ਕਰਾ ਦੇਣੀ ਯਾਰ। ਕੀ ਵਿਚਾਰ ਨੇ ਤੁਹਾਡੇ? ਸੋ ਅੱਜ ਦਾ ਵਿਸ਼ਾ ਦੋਸਤੀ ਹੈਗਾ, ਦੋਸਤ ਦੋਸਤੀ ਯਾਰੀ, ਯਾਰੀ ਦੋਸਤੀ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਟੈਲੀਫੋਨ ਕਰਕੇ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਕਿ ਅੱਜ ਕੱਲ੍ਹ ਇਹ ਦੋਸਤੀ ਦਾ ਰਿਸ਼ਤਾ ਜਿਹੜਾ ਕਿੱਥੇ ਖੜਾ। ਫਿਲਹਾਲ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਹੁਣ ਚੱਲਦੇ ਹਾਂ ਵਿਸ਼ੇ ਵੱਲ, ਦੋਸਤੀ ਦੀ ਅੱਜ ਗੱਲਬਾਤ ਚੱਲਦੀ ਹੈ। ਅਤੇ ਮੈਨੂੰ ਫਰੈਜ਼ਨੋ ਤੋਂ ਬਲਵਿੰਦਰ ਸਿੰਘ ਜੋ ਰੇਡੀਓ ਹੋਸਟ ਵੀ ਕਰਦੇ ਹਨ, ਉਹਨਾਂ ਦਾ ਫੋਨ ਆਇਆ ਮੋਬਾਈਲ 'ਤੇ, ਕਹਿੰਦੇ ਵੀ ਹਿੰਟ ਜਿਹਾ ਦੇਈ ਜਾਂਦਾ ਵੀ ਕਿਤੇ ਇੰਸ਼ੋਰੈਂਸ ਦਾ ਕੰਮ ਤਾਂ ਨਹੀਂ ਸ਼ੁਰੂ ਕਰਨ ਲੱਗਿਆ। ਨਹੀਂ ਜੀ, ਐਸੀ ਕੋਈ ਗੱਲ ਨਹੀਂ ਹੈ, ਕੰਮ ਆਪਾਂ ਜਿਹੜਾ ਕਰ ਰਹੇ ਉਹੀ ਕਰਨਾ। ਫਟਾਫਟ ਤੁਹਾਡੀ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ ਕੀ ਨੇ ਦੋਸਤੀ ਬਾਰੇ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮੈਂ ਪਤਾ ਕੀ ਆ, ਤੁਹਾਡੀਆਂ ਗੱਲਾਂ ਬਾਤਾਂ ਤੋਂ ਇੱਕ ਗਿੱਧੇ ਦੇ ਵਿੱਚ ਤਮਾਸ਼ਾ ਕਰਦੇ ਹੁੰਦੇ ਸੀ। ਅੱਛਾ ਜੀ। ਹਾਂਜੀ, ਤੇ ਉਹਦੀਆਂ ਦੋ ਕਲੈਣਾ ਸੁਣਾਉਣੀ ਆ, ਕਿਉਂਕਿ ਮਤਲਬ ਮੈਂ ਆਖਿਆ ਸਾਰਾ ਕੁਛ ਹੀ ਆਪਾਂ ਦੱਸ ਸਕਦੇ ਆ। ਹਾਂਜੀ, ਉਹ ਦਰਾਣੀ ਜਠਾਣੀ ਹੁੰਦੀਆਂ, ਤੇ ਮਤਲਬ ਦਰਾਣੀ ਜਠਾਣੀ ਤੋਂ ਕੋਈ ਪੈਸੇ ਲੈ ਆਉਂਦੀ ਆ। ਅੱਛਾ ਜੀ। ਉਹ ਫੇਰ ਮੰਗਣ ਆਉਂਦੀ ਆ। ਅੱਛਾ ਜੀ। ਉਹ ਜਦੋਂ ਮੰਗਣ ਆਉਂਦੀ ਆ ਤੇ ਫੇਰ ਉਹ ਕਹਿੰਦੀ ਆ, ਮੈਂ ਤੇਰੀ ਵੱਡੀ ਜਠਾਣੀ ਸ਼ਾਵਾ, ਤੂੰ ਮੇਰੀ ਛੋਟੀ ਦਰਾਣੀ ਸ਼ਾਵਾ, ਪੈਸੇ ਮੰਗਣੇ ਆਈ ਸ਼ਾਵਾ, ਮੰਗਦੀ ਨੂੰ ਸ਼ਰਮ ਨਾ ਆਈ ਸ਼ਾਵਾ, ਅਸੀਂ ਕੋਈ ਮੁਕਰੇ ਤਾਂ ਨਹੀਂ ਨੇ ਸ਼ਾਵਾ, ਸ਼ਹਿਰੋਂ ਨਿਕਲੇ ਤਾਂ ਨਹੀਂ ਨੇ ਸ਼ਾਵਾ, ਤੇਰਾ ਦੇ ਦਿਆਂਗੇ ਸ਼ਾਵਾ, ਮੱਥੇ ਮਾਰ ਦਿਆਂਗੇ ਸ਼ਾਵਾ। ਬਿਲਕੁਲ ਸਹੀ ਹੈ, ਬਿਲਕੁਲ ਇਹ ਸਹੀ ਗੱਲ ਹੈ ਜੀ। ਤੇ ਫੇਰ ਉਹ ਕਹਿੰਦੀ ਆ ਵੀ ਮਤਲਬ ਮੁੰਡਾ ਜੰਮਾਂਗੇ ਨਾ ਸ਼ਾਵਾ, ਵੱਡਾ ਹੋਵੇਗਾ ਨਾ ਸ਼ਾਵਾ, ਸਾਰੀ ਪੜ੍ਹਾਈ ਪੜ੍ਹੂਈ ਗਿਣ ਕੇ ਨਾ ਫਿਰ ਕਹਿੰਦੇ ਆ ਤਨਖਾਹ ਲਿਆਊਗਾ ਨਾ ਸ਼ਾਵਾ, ਦੇ ਦਿਆਂਗੇ ਸ਼ਾਵਾ। ਹਾਂਜੀ, ਤੇ ਫੇਰ ਕਹਿੰਦੀ ਆ ਕੁੜੀ ਜੰਮਾਂਗੇ ਨਾ ਸ਼ਾਵਾ, ਉਹਦੀ ਪੜ੍ਹਾਈ ਲਿਖਾਈ ਗਿਣਦੀ ਆ, ਵੱਡੀ ਹੋਊਗੀ ਨਾ ਸ਼ਾਵਾ, ਪੜ੍ਹ ਉਹ ਮਤਲਬ ਉਹਨੂੰ ਪੜ੍ਹਾਵਾਂਗੇ, ਉਹਦਾ ਵਿਆਹ ਕਰਾਂਗੇ, ਪੈਸੇ ਜੋ ਉਹਨੂੰ ਤੋਰਾਂਗੇ ਨਾ ਸ਼ਾਵਾ, ਪੈਸੇ ਸੁੱਟਣਗੇ ਨਾ ਸ਼ਾਵਾ, ਉਹ ਚੱਕਾਂਗੇ ਨਾ ਸ਼ਾਵਾ, ਤੇਰਾ ਦੇ ਦੇਊਂਗੀ ਸ਼ਾਵਾ, ਮੱਥੇ ਮਾਰ ਦੇਊਂਗੀ ਸ਼ਾਵਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਿਲਕੁਲ ਬਿਲਕੁਲ ਇਹ ਸਹੀ ਗੱਲਾਂ ਨੇ, ਤੁਹਾਡਾ ਬਹੁਤ ਧੰਨਵਾਦ ਜੀ, ਬੜੀ ਵਧੀਆ ਤੁਸੀਂ ਗੱਲਬਾਤ ਕੀਤੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਧਿਆਨ ਫੋਨ ਵੱਲ ਨਹੀਂ ਹੈਗਾ। ਨੰਬਰ ਗੁਰਬਚਨ ਸਿੰਘ ਜੀ। ਹੈਲੋ, ਉਹ ਇੰਜੋਏ ਕਰ ਰਹੇ ਨੇ ਗੱਲਾਂ ਬਾਤਾਂ ਜਿਹੜੀਆਂ, ਉਹ ਸ਼ਾਵਾ ਵਾਲੀਆਂ ਗੱਲਾਂ ਇੰਜੋਏ ਕਰ ਰਹੇ ਨੇ, ਚਲੋ ਖੈਰ। ਹੈਲੋ ਹੈਲੋ ਜੱਗੀ ਸਾਹਿਬ। ਹਾਂਜੀ ਹਾਂਜੀ, ਕੀ ਹਾਲ ਚਾਲ ਹੈ ਜੀ? ਮਾਸੀ ਜੀ ਪੈਰੀ ਪੈਣਾ ਜਿਉਂਦਾ ਵਾਦਾਰਾ ਤੇ ਚੜ੍ਹਦੀਆਂ ਕੱਲਾ ਚਰਾ ਤੇ ਅਰਬਾ ਖਰਬਾ, ਤੈਨੂੰ ਪਿਆਰ ਤੇ ਵਿਸ਼ੇ ਦਾ ਤੂੰ ਬਾਹਲੇ ਲਿਆ, ਤੇ ਕਿਹੜੇ ਕਿਹੜੇ ਵਿਸ਼ੇ ਦਾ ਜਵਾਬ ਦੇਵਾਂ? ਦੋਸਤੀ ਦੋਸਤੀ ਵਿਸ਼ਾ, ਦੋਸਤੀ ਦੋਸਤੀ ਅੱਜ ਕੱਲ ਕਿੱਥੇ ਖੜੀ ਹੈ? ਦੋਸਤੀ ਕੱਲੀ ਇਹ ਨਹੀਂ ਕਿ ਦੋਸਤੀ ਜਿਹੜੀ ਹੈ ਉਹ ਦੋ ਦੋ ਚੰਗੇ ਆ ਤੇ ਜੱਗ ਚੰਗਾ, ਜੇ ਆਪ ਨਹੀਂ ਚੰਗੇ ਤੇ ਜੱਗ ਨਹੀਂ ਚੰਗਾ। ਠੀਕ ਹੈ ਜੀ, ਮੈਂ ਅੱਜ ਕੱਲ ਉਲਟ, ਮੇਰੀ ਤਾਂ ਦੋਸਤੀ ਬਹੁਤ ਵਧੀਆ, ਮੈਨੂੰ ਤਾਂ ਇੱਥੇ ਕਾਲਾਂ ਬਹੁਤ ਆਉਂਦੀਆਂ। ਪੁਰਾਣੀ ਸਹੇਲੀ ਹੈਗੀ ਕੋਈ ਮਿਲਦੇ ਜਿਹਨੂੰ ਸਕੂਲ ਵੇਲੇ ਦੀ ਕੋਈ? ਪੁਰਾਣੀਆਂ ਸਹੇਲੀਆਂ, ਮੈਂ ਸੀ ਸੱਤ ਕੁੜੀਆਂ ਪੜ੍ਹਦੀਆਂ ਸੀਗੀਆਂ ਸਕੂਲ ਵੇਲੇ, ਮੇਰੀ ਸਹੇਲੀਆਂ ਬਹੁਤ ਵਧੀਆ ਸੀਗੀਆਂ। ਚਲੋ ਠੀਕ ਹੈ, ਤੇ ਹੁਣ ਮੈਂ ਤੈਨੂੰ ਇੱਕ ਗੱਲ ਸੁਣਾਉਣੀ ਆ। ਹੈਲੋ ਹਾਂਜੀ ਹਾਂਜੀ, ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਵਿਚਾਰ ਵਿੱਚੋਂ ਸਹੇਲੀ, ਤੇ ਭੈਣਾਂ ਨੂੰ ਭਾਈ ਨਿੱਤ ਮਿਲਦੇ, ਕਿਤੇ ਪਿੱਛੜੀ ਨਾ ਮਿਲੇ ਸਹੇਲੀ, ਠੀਕ ਹੈ ਨਾ? ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਜੱਗੀ ਸਾਹਿਬ ਹੁਣ ਟਾਇਰ ਹੈ ਥੋੜਾ ਪਤਾ ਹੋਰ ਵੀ ਤੁਸੀਂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਓਕੇ, ਬਾਏ, ਥੈਂਕ ਯੂ ਜੱਗੀ ਸਾਹਿਬ। ਫਤਿਹ ਫਤਿਹ, ਚੜ੍ਹਦੀਆਂ ਗੱਲਾਂ ਰੱਖੇ ਪਰਮਾਤਮਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ 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 ਜੀ, ਧਿਆਨ ਫੋਨ ਵੱਲ ਨਹੀਂ ਹੈ ਕਿਰਪਾ ਕਰਕੇ। ਹੈਲੋ, ਕਿਆ ਕੀਆ ਜਾਏ ਇਸ ਚੀਜ਼ ਕਾ ਹਿੰਦੀ ਮੇਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ ਜੀ? ਸੁਰਿੰਦਰ ਸਿੰਘ ਜੀ 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 ਜੀ। ਅੱਛਾ, ਇੱਕ ਦੋਸਤੀ ਦਾ ਸਾਡੇ, ਅਸੀਂ ਮਤਲਬ ਕਿ ਹੋਰ ਹੀ ਕੱਢ ਲਏ ਨੇ ਕਈ ਵਾਰੀ, ਅਸੀਂ ਜਿਹੜੇ ਹੈਗੇ ਵੀ ਦੋਸਤੀ ਹੈ ਵੀ ਮੁੰਡਾ। ਦੋਸਤੀ ਸਹੀ ਡੈਫੀਨੇਸ਼ਨ ਕੀ ਹੈ ਤੁਹਾਡੇ ਹਿਸਾਬ ਨਾਲ ਸੁਰਿੰਦਰ ਸਿੰਘ ਜੀ? ਦੋਸਤ
ਤੁਸੀਂ ਡੈਫੀਨੇਸ਼ਨ ਇਹਨੂੰ ਸੁਣਾਵਾਂ ਤੇ ਟਾਈਮ ਨਹੀਂ ਤੇਰੇ ਕੋਲ। ਗੁਰੂ ਗੋਬਿੰਦ ਸਿੰਘ ਨਾਲ ਮੁਸਲਮਾਨ ਪਰਿਵਾਰਾਂ ਨੇ ਪੰਜਾਂ ਛੇ ਦੋਸਤੀਆਂ ਨਿਭਾਈਆਂ, ਤੇਰੇ ਲੂੰ ਕੰਢੇ ਖੜੇ ਹੋ ਜੂਗੇ ਸੁਣ ਕੇ ਵੀ ਆਹ ਵੀ ਦੋਸਤੀ ਹੁੰਦੀ ਆ। ਥੋੜਾ ਜਿਹਾ ਸੁਣਾ ਦਿਓ ਜ਼ਿਆਦਾ ਫਿਰ ਆਪਾਂ। ਹਾਂਜੀ ਮੈਂ ਇੱਕ ਸੁਣਾਉਣਾ, ਮਲੇਰਕੋਟਲੇ ਆਪਣੇ ਬਿੰਦਰ ਸਿੰਘ ਕੋਟਲਾ ਨਿਹੰਗ ਖਾਨ ਪਿੰਡ ਪੈਂਦਾ। ਹਾਂਜੀ ਉੱਥੇ ਗੁਰੂ ਗੋਬਿੰਦ ਸਿੰਘ ਦੀ ਯਾਰੀ ਸੀਗੀ ਇੱਕ ਖਾਨ ਦੇ ਨਾਲ, ਸ਼ੇਰ ਖਾਨ ਸੀ ਉਹਦੇ ਨਾਲ, ਉਹਦੇ ਭੂਆ ਦੇ ਪੁੱਤ ਸੀ ਨਵੀਂ ਖਾਂ ਤੇ ਗਨੀ ਖਾਂ ਜੀ। ਜਿਸ ਵੇਲੇ ਮਹਾਰਾਜ ਆਨੰਦਪੁਰ ਛੱਡਿਆ ਭੱਠੇ ਤੇ ਗਏ, ਉਹਦਾ ਭੱਠਾ ਸੀ ਜਿੱਥੇ ਹੁਣ ਭੱਠਾ ਸਾਹਿਬ ਗੁਰਦੁਆਰਾ ਆ ਜੀ, ਤੇ ਉੱਥੇ ਉਹ ਮਹਾਰਾਜ ਨੇ ਪੁੱਛਿਆ ਸੀ ਦੋ ਮਿੰਟ ਬਹਿਣਾ, ਨੌਕਰਾਂ ਨੇ ਮਖੌਲ ਕਰਤਾ ਮਹਾਰਾਜ ਦੇ ਭੱਠੇ ਤੇ ਘੋੜਾ ਚੜ੍ਹਾ ਦਿੱਤਾ, ਭੱਠਾ ਸ਼ਾਂਤ ਹੋ ਗਿਆ, ਨੱਠੇ ਗਿਆ। ਨਿਹੰਗ ਖਾਨ ਆਇਆ, ਆ ਕੇ ਮਿੰਨਤਾਂ ਕੀਤੀਆਂ, ਪਤਾ ਲੱਗ ਗਿਆ ਵੀ ਮਹਾਰਾਜ ਆ। ਉਹ ਕਹਿੰਦੇ ਘਰ ਨੂੰ ਚੱਲੋ, ਉਹ ਕਹਿੰਦੇ ਸ਼ੇਰ ਖਾਨ ਸਾਡੇ ਪਿੱਛੇ ਬਹੁਤ ਫੌਜ ਲੱਗੀ ਆਉਂਦੀ ਆ, ਤੂੰ ਆਪਣਾ ਨੁਕਸਾਨ ਨਾ ਕਰਾ, ਮੈਂ ਨੀ ਤੇਰੇ ਘਰ ਜਾਣਾ। ਪਰ ਉਹ ਨਹੀਂ ਹਟਿਆ, ਮੱਲੋ ਮੱਲੀ ਲੈ ਗਿਆ ਘਰ ਨੂੰ ਜੀ। ਚਲੋ ਗੱਲ ਨਿਬੇੜੀਏ ਉੱਥੇ। ਮਹਾਰਾਜ ਕਹਿੰਦੇ ਵੀ ਲੈ, ਮਗਰ ਉਹ 75 ਸਿੰਘ ਫੌਜ ਨਾਲ ਲੜਦਾ ਸੀ, ਉਹ ਗਿਆ ਜ਼ਖਮੀ ਬਹੁਤ ਜ਼ਿਆਦਾ ਜੀ, ਉਹਨੂੰ ਚੱਕ ਕੇ ਲਿਆਇਆ ਜੀ, ਤੇ ਮਹਾਰਾਜ ਉਹਨੂੰ 75 ਸਿੰਘ ਨੂੰ ਛੱਡ ਕੇ ਤੇ ਆਪ ਤੁਰ ਪਏ। ਕਹਾਂ ਕਹਿੰਦੇ ਲੈ ਵੀ ਸ਼ੇਰ ਖਾਨ ਜੇ ਤਾਂ ਬਚ ਗਿਆ ਆ ਮਿਲੂਗਾ, ਜੇ ਸ਼ਹੀਦ ਹੋ ਗਿਆ ਤਾਂ ਸੰਸਕਾਰ ਕਰ ਦੇ। ਅੱਛਾ ਜੀ। ਉਹ ਮਗਰੇ ਫੌਜ ਆ ਗਈ, ਫੌਜ ਆ ਗਈ, ਸ਼ੇਰ ਖਾਨ ਨੇ ਆਪਣੀ ਲੜਕੀ ਨੂੰ ਕਿਹਾ, 18 ਸਾਲ ਦੀ ਮੁਮਤਾਜ਼ਗੜ ਗਿਲਾ ਹਜੇ ਵੀ ਉਹਦੇ ਨਾਂ ਤੇ ਉੱਥੇ ਗੁਰਦੁਆਰਾ ਪਿੰਡ ਰੱਖੀਏ, ਪਿੰਡ ਦੇ ਨਾਲ ਹੀ ਆ ਜੀ ਜੀ। ਉਹ ਲੜਕੀ ਨੂੰ ਕਿਹਾ ਭਈ ਲੈ ਅੰਦਰ ਉਹਨੂੰ ਪਾਤਾ ਭਈ ਇਹਨੂੰ ਪੁੱਤ, ਤੂੰ ਜੇ ਮੈਂ ਕਹੂ ਸਵਾਲ ਕਰੂੰਗਾ ਤੂੰ ਮੈਨੂੰ ਜਵਾਬ ਦੇਈਂ ਤਾਂ ਕੁੰਡਾ ਨਹੀਂ ਖੁੱਲਣਾ। ਕਹਿੰਦੀ ਠੀਕ ਹੈ ਅੱਬਾ ਜੀ। ਮਗਰ ਫੌਜ ਆ ਗਈ, ਫੌਜ ਨੇ ਸਾਰੀ ਤਲਾਸ਼ੀ ਲਈ ਕਿਲੇ ਦੀ, ਪਰ ਉਹ ਕਹਿੰਦਾ ਮੈਂ ਇੱਕ ਐਸ ਕਮਰੇ ਦੀ ਤਲਾਸ਼ੀ ਨਹੀਂ ਦੇਣੀ। ਕਹਿੰਦੇ ਕਿਉਂ? ਕਹਿੰਦਾ ਇੱਥੇ ਮੇਰੇ ਧੀ ਜਵਾਈ ਸੁੱਤੇ ਪਏ ਆ। ਉਹ ਕਹਿੰਦੇ ਅੱਛਾ ਫਿਰ ਆਵਾਜ਼ ਮਾਰ ਕੇ ਦੱਸ। ਹੁਣ ਆਵਾਜ਼ ਮਾਰੀ, ਕਹਿੰਦੀ ਬੇਟਾ ਮੈਂ ਮੁਮਤਾਜ਼ ਜਾਗਦੇ ਕਿ ਸੌਂ ਗਿਆ? ਕਹਿੰਦੀ ਅੱਬਾ ਸੌਂ ਗਏ। ਫੌਜ ਤਾਂ ਚਲੇ ਗਈ। ਫਿਰ ਜਦੋਂ ਟਾਈਮ ਪਿਆ ਉਹਦਾ ਕੁੜੀ ਦਾ ਰਿਸ਼ਤਾ ਕਰਨ ਲੱਗਾ, ਸ਼ੇਰ ਖਾਨ ਨੂੰ ਕਹਿੰਦੀ ਅੱਬਾ ਨਹੀਂ ਕਰਾਉਣਾ ਰਿਸ਼ਤਾ। ਕਹਿੰਦਾ ਕਿਉਂ? ਕਹਿੰਦਾ ਤੈਂ, ਕਹਿੰਦੀ ਤੈਂ ਮੈਨੂੰ ਕਿਹਾ ਸੀ ਮੇਰੇ ਧੀ ਜਵਾਈ ਸੁੱਤੇ ਪੈ ਜਾ, ਮੈਂ ਉਸ ਦਿਨ ਇਹਨੂੰ ਪਤੀ ਮੰਨ ਲਿਆ ਸੀ, ਔਰ 75 ਸੌ ਚੜ੍ਹਾਈ ਕਰ ਗਿਆ, ਉੱਥੇ ਉਹਨੂੰ ਸ਼ਹੀਦ ਕਰਤਾ। 112-113 ਸਾਲ ਦੀ ਉਹ ਬੀਬੀ ਹੋ ਕੇ ਚੜ੍ਹਾਈ ਕੀਤੀ ਆ, ਉਹਨੂੰ ਅੱਜ ਗੁਰਦੁਆਰਾ ਮੁਮਤਾਜ਼ਗੜ੍ਹ ਬਣਿਆ ਰੋਪੜ ਜ਼ਿਲ੍ਹੇ ਦੇ ਵਿੱਚ ਨਾਲ ਹੀ। ਤੇ ਇੱਦਾਂ ਦੀਆਂ ਹੋਰ ਕਈ ਯਾਰੀਆਂ ਮਹਾਰਾਜ ਦੀਆਂ ਮੁਸਲਮਾਨਾਂ ਟੱਬਰਾਂ ਨੇ ਪਕਾਈਆਂ, ਹੁਣ ਆਪਣੇ ਕੋਲ ਟਾਈਮ ਨੀ, ਪਰ ਅੱਜ ਦੀਆਂ ਹੈਗੀਆਂ। ਕਹਿੰਦੇ ਆਪਣਿਆਂ ਦੇ ਦਿਲਾਂ ਵਿੱਚ ਆਪਣਿਆਂ ਲਈ ਬੇਈਮਾਨੀਆਂ, ਗੈਰਾਂ ਸੀ ਜੋ ਕਰਨੀਆਂ ਉਹ ਯਾਰ ਕਰਦੇ ਹਾਨੀਆਂ, ਗੈਰਾਂ ਸੀ ਜੋ ਕਰਨੀਆਂ ਉਹ ਯਾਰ ਕਰਦੇ ਹਾਨੀਆਂ, ਰੱਤ ਭਿੱਜੇ ਖੱਤਾਂ ਚ ਹੁਣ ਜ਼ਿਕਰ ਨਹੀਂ ਪਿਆਰ ਦਾ, ਲਿਖਦੀਆਂ ਨੇ ਕੌਲ ਕੱਚੇ ਅੱਜ ਕੱਲ ਦੀਆਂ ਕਾਨੀਆਂ, ਚਾਵਾਂ ਨਾਲ ਪਾਲ ਪੈਰੀ ਆਪਣੇ ਜੋ ਖੜੇ ਕੀਤੇ, ਸਿਆਣ ਦੇ ਨਾ ਪੁੱਤ ਮਾਵਾਂ ਹੋ ਗਈਆਂ ਬਗਾਨੀਆਂ, ਕੱਚੇ ਢਾ ਕੇ ਪਾ ਪੱਕੇ ਬੰਦਾ ਸੌਖਾ ਹੋ ਰਿਹਾ, ਪੰਛੀਆਂ ਲਈ ਕਰ ਰਿਹਾ ਪਰ ਪੈਦਾ ਪਰੇਸ਼ਾਨੀਆਂ, ਬੜਾ ਘਾਣ ਹੁੰਦਾ ਮੁੱਲ ਤਾਰ ਦੇ ਆਦਾਮ ਸਾਰਾ, ਤਖਤਾਂ ਤਾਜਾਂ ਵਾਲੇ ਜਦੋਂ ਕਰਦੇ ਨੇ ਨਦਾਨੀਆਂ, ਪਿਆਰ ਹੋਵੇ ਭਾਵੇਂ ਜੰਗ ਦਾ ਮੈਦਾਨ ਹੋਵੇ, ਦੋਹੀ ਪਾਸੀ ਪੈਂਦੀਆਂ ਨੇ ਕਰਨੀਆਂ ਕੁਰਬਾਨੀਆਂ, ਜੱਗੀ ਜੀ ਦੋਹੀ ਪਾਸੀ ਕਰਨੀਆਂ ਪੈਂਦੀਆਂ ਨੇ ਕੁਰਬਾਨੀਆਂ ਜੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਔਰ ਇਤਿਹਾਸ ਦੀ ਅਗਰ ਅਸੀਂ ਗੱਲ ਕਰੀਏ, ਇਤਿਹਾਸ ਦੀ ਤਾਂ ਵੱਖਰੀ ਗੱਲ ਹੈ, ਬਹੁਤ ਉੱਚੀ ਗੱਲ ਹੈਗੀ ਆ। ਅਸੀਂ ਆਮ ਜਿਹੜੇ ਇਨਸਾਨ ਹੈਗੇ ਉਹਨਾਂ ਦੀ ਤਕਰੀਬਨ ਗੱਲਬਾਤ ਕਰੀ ਅੱਜ, ਕੋਸ਼ਿਸ਼ ਕੀਤੀ ਹੈ ਕਰਨ ਦੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦੋਸਤੀਆਂ ਅੱਜ ਵੀ ਕਾਇਮ ਹੈਗੀਆਂ ਨੇ, ਬਹੁਤ ਵੱਡੇ ਲੈਵਲ 'ਤੇ ਦੋਸਤੀਆਂ ਕਾਇਮ ਨੇ। ਅਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਦੋਸਤ ਤੋਂ ਗੈਰਾਂ ਨਾਲੋਂ ਜ਼ਿਆਦਾ ਖਤਰਾ। ਉਹ ਗੱਡੀਆਂ ਪਿੱਛੇ ਵੀ ਲਿਖਿਆ ਹੁੰਦਾ, ਟਰੱਕਾਂ ਪਿੱਛੇ ਵੀ, ਰੱਬਾ ਆਪਣਿਆਂ ਤੋਂ ਬਚਾਈ, ਗੈਰਾਂ ਨੂੰ ਮੈਂ ਆਪੇ ਸਾਂਭ ਲੂੰ। ਚਲੋ ਕੀ ਵਿਚਾਰ ਨੇ ਤੁਹਾਡੇ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਕੀ ਵਿਚਾਰ ਨੇ ਤੁਹਾਡੇ ਦੋਸਤੀ ਬਾਰੇ? ਦੋਸਤੀ ਦੇ ਬੜੇ ਮਾਇਨੇ ਹੁੰਦੇ ਸੀ ਵੱਡੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਧਿਆਨ ਫੋਨ ਵੱਲ ਨਹੀਂ ਹੈ ਜੀ, ਮੈਂ ਫੋਨ ਹੋਲਡ ਕੀਤਾ ਸੀ ਪਹਿਲਾਂ ਵੀ, ਆਵਾਜ਼ ਇਹਨਾਂ ਨੂੰ ਇਹਨਾਂ ਦੀ ਆਵਾਜ਼ ਨਹੀਂ ਆਈ, ਆ ਰਹੀ ਸੀਗੀ ਪਰ ਫੋਨ ਦੇ ਉੱਪਰ ਨਹੀਂ ਆ ਰਹੀ ਸੀ। ਹੈਲੋ ਹੈਲੋ, ਚਲੋ ਜੀ ਜੋ ਤੁਹਾਡੀ ਮਰਜ਼ੀ ਹੈ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਹਿਬ ਗਿਆਨ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਮੈਂ ਇੱਕ ਤਰੀਕ ਤੁਹਾਨੂੰ ਕਹਿਣਾ ਚਾਹੁੰਦਾ, ਕੱਲ੍ਹ ਦਾ ਤੁਹਾਡੇ ਸਿਸਟਮ 'ਚ ਫਰਕ ਪਿਆ, ਨੁਕਸ ਇਹ ਪਿਆ ਕਿ ਜਿਹੜੀ ਕੱਲ੍ਹ ਦੀ ਆਵਾਜ਼ ਨਹੀਂ ਸਾਨੂੰ ਬਰਾਬਰ ਸੁਣਦੀ, ਜੇ ਵੋਲੀਅਮ ਵਧਾਉਂਦੇ ਤਾਂ ਤੁਹਾਡੀ ਆਵਾਜ਼ ਬਹੁਤ ਉੱਚੀ ਹੋ ਜਾਂਦੀ ਆ। ਕੱਲ੍ਹ ਜੇ ਪਤਾ ਨਹੀਂ ਕੰਪਲੇਂਟ ਕਿਉਂ ਨਹੀਂ ਕੀਤੀ, ਕਹਿੰਦੇ ਕੱਲ੍ਹ ਵੀ ਮੈਂ ਤਾਂ ਨਹੀਂ ਫੋਨ ਕੀਤਾ, ਅੱਜ ਵੀ ਮੈਂ ਦੇਖ ਰਿਹਾ, ਦੋ ਦਿਨ ਕੱਲ੍ਹ ਆਏ ਜਾਂ ਜਦੋਂ ਬੀਬੀ ਨੇ ਗਿੱਧੇ ਦੀ ਗੱਲ ਸੁਣਾਈ ਹੈ, ਪਹਿਲੀਆਂ ਦੋ ਲਾਈਨਾਂ ਸੁਣੀਆਂ ਮਗਰੋਂ ਫਿਰ ਡੁੱਬ ਗਈਆਂ,
ਪੱਲੇ ਨਹੀਂ ਪਿਆ ਕੁਛ ਨਹੀਂ ਨਹੀਂ ਫਿਰ ਚਲੋ ਤੇ ਥੈਂਕ ਯੂ ਤੁਹਾਡਾ ਬਹੁਤ ਹਾਂ ਬਹੁਤ ਇਹ ਤੁਹਾਡਾ ਸਿਸਟਮ 'ਚ ਤੁਹਾਡਾ ਨੁਕਸ ਹੈਗਾ, ਇਹ ਦੂਰ ਕਰੋ ਇੱਕ ਤਾਂ, ਠੀਕ ਨਹੀਂ? ਠੀਕ ਹੈ ਜੀ, ਥੈਂਕ ਯੂ। ਦੂਜੀ ਗੱਲ ਹੈ, ਦੂਜੀ ਗੱਲ ਜਿਹੜੀ ਦੋਸਤੀ ਆ, ਦੋਸਤੀ ਦਾ ਮੀਨਿੰਗ ਹੈ ਦੋ ਸੱਤ, ਦੋ ਸੱਚਾਈਆਂ, ਦੋ ਸੱਚਾਈਆਂ ਦਾ ਮੇਲ ਹੈ ਜੀ। ਅਗਰ ਦੋਨੋਂ ਬਣੇ ਸੱਚਾਈ ਸੱਚਾਈ ਆ, ਦੋਨੋਂ ਦਿਲੋਂ ਸਾਫ ਆ ਤੇ ਦੋਸਤ ਦੋਸਤ ਆ, ਜੇ ਇੱਕ ਦੇ ਮਨ 'ਚ ਵੀ ਫਰਕ ਆ, ਦੋਸਤ ਨਹੀਂ ਆਪਾਂ ਕਹਿ ਸਕਦੇ, ਉਹ ਮਤਲਬ ਵੀ ਯਾਰ ਕਹਿ ਸਕਦੇ ਹਾਂ। ਤੇ ਬਾਕੀ ਮੇਰੇ ਕੋਲ ਹੋਰ ਬਹੁਤ ਉਦਾਹਰਨਾਂ ਹੈਗੀਆਂ, ਬਸ ਫਿਰ ਸਿਸਟਮ ਸਹੀ ਕਰੋ ਫਿਰ ਮੈਂ ਜੀ ਦੱਸੂ ਤੁਹਾਨੂੰ ਕਾਫੀ, ਹੈ ਨਾ? ਸਿਸਟਮ ਸਹੀ ਕੀਤਾ ਅਸੀਂ, ਤੁਸੀਂ ਜਿਹੜੀ ਉਦਾਹਰਨ ਦੀ ਗੱਲ ਕੀਤੀ, ਚਲੋ ਜੇ ਮਨ 'ਚ ਫਰਕ ਹੈ ਤੇ ਬੰਦਾ ਉਹ ਦੋਸਤੀ ਨਹੀਂ ਹੈਗੀ, ਪਰ ਅਸੀਂ ਜੇ ਗੱਲ ਕਰੀਏ ਬਾਕੀ ਚੀਜ਼ਾਂ ਦੀ ਵੀ, ਅੱਜ ਕੱਲ੍ਹ ਦੋਸਤੀ ਜਿਹੜੀ ਹੈ ਉਹ ਕੀ ਇੱਕ ਸਿਰਫ ਕੰਮਕਾਰ ਤੇ ਡਿਪੈਂਡੈਂਟ ਰਹਿ ਗਈ ਹੈ, ਵੀ ਜਿੰਨੀ ਦੇਰ ਸਾਡਾ ਕੰਮ ਹੈ ਉਨੀ ਦੇਰ ਦੋਸਤੀ ਹੈ, ਜਾਂ ਜਿੰਨੀ ਦੇਰ ਉਹਦੇ ਦਾ ਹੀ ਕੰਮ ਹੈ ਉਹਨੂੰ ਸਾਡੇ ਦਾ ਹੀ ਕੰਮ ਹੈ ਉਨੀ ਦੇਰ ਦੋਸਤੀ, ਉਹ ਤੋਂ ਬਾਅਦ ਖਤਮ? ਇਹ ਇੱਦਾਂ ਦਾ ਮਾਹੌਲ ਆ ਗਿਆ ਲੱਗਦਾ ਤੁਹਾਨੂੰ? ਨਹੀਂ ਨਹੀਂ ਜੀ, ਨਹੀਂ ਨਹੀਂ, ਪਹਿਲੋਂ ਵੀ ਸੀਗਾ ਮਾੜਾ, ਹੁਣ ਵੀ ਉਹ ਆਪਾਂ ਇਹ ਕਹਿ ਨਹੀਂ ਸਕਦੇ, ਦੋਸਤ ਅਜੇ ਵੀ ਦੋਸਤ ਹੈਗੇ ਜਿਹੜੇ ਹੈਗੇ ਆ, ਤੇ ਪਹਿਲੋਂ ਵੀ ਠਗੀਆਂ ਠੋਰੀਆਂ ਦੋਸਤ ਕਰਦੇ ਹੀ ਸੀਗੇ, ਔਖੀ ਵੇਲੇ ਦੋਸਤ ਪਰਖ ਹੁੰਦਾ ਆ, ਜਿੱਦਾਂ ਕਹਿੰਦੇ ਸੌਖੀ ਵੇਲੇ ਤਾਂ ਸਾਰੇ ਜਿਹੜੇ ਰਿਸ਼ਤੇਦਾਰ ਵੀ ਬਣ ਜਾਂਦੇ ਆ, ਦੋਸਤ ਵੀ ਬਣ ਜਾਂਦੇ ਆ, ਜਦੋਂ ਬੰਦੇ ਤੇ ਭੀੜ ਪੈਂਦੀ ਆ ਉਦੋਂ ਪਰਖ ਹੁੰਦਾ ਵੀ ਸੋਚ ਸੱਚਾ ਦੋਸਤ ਕੌਣ ਹੈ, ਸੱਚਾ ਰਿਸ਼ਤੇਦਾਰ ਕੌਣ ਹੈ। ਅੱਜ ਕੱਲ ਇਹ ਤਾਂ ਦੋਸਤੀ ਇਹ ਲਫ਼ਜ਼ ਜਿਹੜਾ ਅੱਜ ਕੱਲ ਤਾਂ ਜ਼ਿਆਦਾ, ਅੱਜ ਕੱਲ ਜੇ ਸਹੀ ਪੁੱਛੋ ਨਾ ਤੇ ਜ਼ਿਆਦਾ ਹੀ ਕੰਮ ਵਿਗੜਿਆ ਜੋ ਮੈਂ ਦੇਖਿਆ। ਅੱਜ ਕੱਲ ਤਾਂ ਆਪਣੇ ਜਿਹੜੇ ਆਪਣੇ ਜੰਮੇ ਆ ਉਹ ਵੀ ਉਹ ਨੀ ਗੱਲ ਰਹਿ ਗਈ ਪਹਿਲੇ ਵਾਲੀ, ਦੋਸਤ ਇੱਕ ਪਾਸੇ ਰਹਿ ਗਏ, ਮਤਲਬ ਦੀ ਰਹਿ ਗਈ ਦੁਨੀਆ, ਬਹੁਤੀ ਦੁਨੀਆ ਮਤਲਬ ਦੀ ਰਹਿ ਗਈ ਆ, 70-75% ਤਾਂ ਮਤਲਬ ਦੇ ਰਹਿ ਗਏ ਆ, 20-25 ਚੰਗੇ ਹੋ ਵੀ ਸਕਦੇ ਆ, ਪਰ ਅਸੀਂ ਤਾਂ ਜੱਗੀ ਸਾਹਿਬ ਜਿਹਨਾਂ ਨਿਭਾਈ ਆ ਪੂਰੀ ਨਿਭਾਈ ਆ, ਨਹੀਂ ਪਿਛਾੜ ਗਏ ਜੀ ਅਗਲਾ ਕੁਛ ਫਰਕ ਲੱਗਾ ਤਾਂ, ਆਪਣੀ ਆਪਣੀ ਸੋਚ ਆ। ਤੇ ਅਸਲ ਦੋਸਤੀ ਦਾ ਮਤਲਬ ਇਹ ਹੁੰਦਾ ਵੀ ਦੋ ਸਚਾਈਆਂ, ਜਿੱਦਾਂ ਪੱਗ ਵੱਟ ਭਰਾ ਕਹਿ ਲਓ, ਜੇ ਭਰਾਵਾਂ ਨੇ ਪੱਗਾਂ ਵਟਾ ਲਈਆਂ ਤੇ ਸਮਝ ਲਓ ਸਕੇ ਜੰਮੇ ਹੋਏ ਭਰਾ ਲਓ ਵੀ ਉੱਪਰ ਹੋ ਜਾਂਦੀ ਗੱਲ। ਇਹ ਜਿਹੜੀ ਸਿਆਣੇ ਦੀਆਂ ਗੱਲਾਂ ਸੀਗੀਆਂ ਨਾ, ਉਹਨਾਂ ਦਾ ਮਤਲਬ ਸੀਗਾ, ਹੁਣ ਤਾਂ ਗੱਲ ਰਹਿ ਹੀ ਨਹੀਂ ਗਈ ਕੋਈ ਕੀ ਗੱਲ ਕਰਨੀ ਹੈ, ਬਾਕੀ ਹੁਣ ਤਾਂ ਸਿਰਫ ਮਤਲਬ, ਮੈਂ ਕਿਹਾ ਮਤਲਬ ਦੀ ਦੋਸਤੀ ਰਹਿ ਗਈ ਹੁਣ। ਜੇ ਤੁਹਾਡਾ ਮਤਲਬ ਹੈ, ਤੁਹਾਨੂੰ ਜੀ ਜੀ ਤੁਹਾਡਾ ਆਓ ਭਗਤ, ਤੁਹਾਡੀਆਂ ਤਾਰੀਫਾਂ ਤੁਹਾਡਾ ਪੁੱਲ ਬਣ ਦੇਣਗੇ, ਤੇ ਜੇ ਦੇਖਿਆ ਨਹੀਂ ਤਾਂ ਫੇਕ ਨਾ ਹੋ ਜਾਓ ਜੋਗੀ, ਚਲੋ ਠੀਕ ਹੀ ਆ। ਹੈ, ਮੈਂ ਸੱਚੀ ਸਹੀ ਤੁਹਾਨੂੰ ਸਹੀ ਗੱਲ ਦੱਸਦਾ, ਤੇ ਤੇ ਜੇ 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 ਤੁਹਾਡਾ ਕਿਸੇ ਨੂੰ ਮਤਲਬ ਆ, ਫੇਰ ਤੁਹਾਡੀਆਂ ਸਿਫਤਾਂ ਕਰਦਾ ਸਾਰਾ ਲੋਕ ਅਗਲਾ, ਤੇ ਜੇ ਦੇਖਿਆ ਵੀ ਨਹੀਂ ਤਾਂ ਫੇਰ ਯਾਰ ਉਹ ਚਲੋ ਠੀਕ ਹੀ ਆ, ਬੰਦਾ ਤੇ ਠੀਕ ਹੀ, ਚਲੋ ਢਿੱਲੀ ਜ਼ਬਾਨ, ਢਿੱਲੀ ਜ਼ਬਾਨ ਆ, ਇਹ ਹਾਲ ਹੈ ਮੇਰੀ ਜੋ ਸੋਚ ਆ, ਮੈਂ ਜੋ ਦੇਖ ਰਿਹਾ। ਬਾਕੀ ਬਾਕੀ ਤੁਸੀਂ ਬਹੁਤ ਜ਼ਮਾਨਾ ਦੇਖਿਆ, ਅਸੀਂ ਥੋੜਾ ਜ਼ਮਾਨਾ ਦੇਖਿਆ, ਤੁਸੀਂ ਤਾਂ ਛੋਟੀ ਉਮਰ ਚ ਜ਼ਮਾਨਾ ਬਹੁਤ ਦੇਖ ਲਿਆ ਸਾਡੇ ਤੋਂ ਜ਼ਿਆਦਾ, ਪਰ ਮੇਰਾ ਵੀ ਬਹੁਤ ਲੋਕਾਂ ਨਾਲ ਪਿਆ। ਹਾਂਜੀ ਹਾਂਜੀ, ਨਹੀਂ ਸਾਡਾ ਐਕਚੁਅਲੀ ਅਸਲ ਦੇ ਵਿੱਚ ਇੱਕ ਜਿਹੜਾ ਸ਼ਾਇਦ ਥੋੜਾ ਜਿਹਾ ਫਰਕ ਤੁਹਾਡੇ ਨਾਲ ਇਹ ਹੋਏਗਾ ਵੀ ਅਸੀਂ ਲਗਭਗ 20-22 ਮੁਲਕਾਂ ਦੇ ਪੰਜਾਬੀ ਜਿਹੜੇ ਨੇ, ਹਾਂ, ਲਗ ਉਹਨਾਂ ਨਾਲ ਵਾਹ ਵਾਸਤਾ ਰਿਹਾ, ਬੜਾ ਕੁਝ ਸਿੱਖਣ ਨੂੰ ਮਿਲਿਆ ਸਭ ਕੋਲੋਂ ਜਦੋਂ ਵੀ ਇੱਥੇ ਵੀ। ਹਾਂ ਹਾਂ, ਠੀਕ ਹੈ, ਚਲੋ ਠੀਕ ਹੈ, ਬਹੁਤ ਤੁਹਾਡੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਅੱਛਾ, ਦੋਸਤੀ ਦੀ ਗੱਲ ਚੱਲੀਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਦੋਸਤੀ ਅੱਜ ਕੱਲ੍ਹ ਤਕਰੀਬਨ ਕੰਮ ਦੀ ਰਹਿ ਗਈ ਹੈ, ਜਿੱਥੇ ਅਸੀਂ ਕੰਮ ਕਰਦੇ, ਜੋਬ ਕਰਦੇ ਹਾਂ, 2 ਸਾਲ ਕੀਤਾ, 4 ਸਾਲ ਕੀਤਾ, 10 ਸਾਲ ਕੀਤੀ ਜੋਬ, ਉੱਥੇ ਸਾਡੇ ਬਹੁਤ ਵਧੀਆ ਦੋਸਤ ਬਣ ਜਾਂਦੇ ਨੇ, ਬਹੁਤ ਵਧੀਆ, ਜਿਨ੍ਹਾਂ 'ਤੇ ਅਸੀਂ ਕੰਮ ਵੀ ਆਉਂਦੇ ਹਾਂ ਇੱਕ ਦੂਜੇ ਦੇ, ਦੋਸਤੀ ਇੱਦਾਂ ਲੱਗਦੀ ਹੈ ਵੀ ਇਹ ਸਾਡੀ ਦੋਸਤੀ ਵਰਗੀ ਦੋਸਤੀ ਕੋਈ ਹੈ ਨਹੀਂ, ਔਰ ਹੁੰਦੀ ਵੀ ਹੈ ਪੱਕੀ ਦੋਸਤੀ, ਪੂਰੀ ਵਧੀਆ ਦੋਸਤੀ, ਪਰ ਉਦੋਂ ਬਾਅਦ ਸਮਾਂ ਬਦਲਦਾ ਜਦੋਂ ਤੱਕਾ ਪੰਗਾ ਇਹ ਪੈ ਜਾਂਦਾ ਵੀ ਕੰਮ ਕਿਤੇ ਹੋਰ ਕਰਨਾ ਪੈ ਗਿਆ, ਜਾਂ ਡਿਊਟੀ ਚੇਂਜ ਹੋ ਗਈ, ਜਾਂ ਟ੍ਰਾਂਸਫਰ ਹੋ ਗਈ, ਅਤੇ ਉਹ ਟ੍ਰਾਂਸਫਰ ਤੋਂ ਬਾਅਦ ਫਿਰ ਮਾਹੌਲ ਇਹੋ ਜਿਹਾ ਹੋ ਜਾਂਦਾ, ਪਹਿਲਾਂ 2-4 ਮਹੀਨੇ ਤਾਂ ਬੜਾ ਵਧੀਆ ਫੋਨ ਆਉਂਦੇ ਜਾਂਦੇ ਆ, ਪਰ ਕਈ ਇੱਕ ਦੂਜੇ ਕੋਲ ਵੀ ਆਉਂਦੇ ਜਾਂਦੇ ਆ, ਪਰ ਹੌਲੀ ਹੌਲੀ ਟਾਈਮ ਜਦੋਂ ਪੈ ਜਾਂਦਾ ਉਦੋਂ ਕਹਿੰਦੇ ਵੀ ਅੱਖੋਂ ਦੂਰ ਹੋਇਆ ਅਤੇ ਦਿਲੋਂ ਵੀ ਦੂਰ ਹੋਇਆ, ਉਹ ਗੱਲ ਹੋ ਜਾਂਦੀ ਹੈ, ਫਿਰ ਜਦੋਂ ਟਾਈਮ ਪੈਂਦਾ ਫਿਰ ਕੰਮਾਂ ਕਰਨ ਦੇ ਵਿੱਚ ਉਹ ਦੋਸਤੀ ਜਿਹੜੀ ਆ ਉਹ ਉੱਧਰ ਰਹਿ ਜਾਂਦੀ ਆ, ਉਹ ਉੱਧਰ ਰਹਿ ਜਾਂਦੀ ਆ, ਪਰ ਜਦੋਂ ਮਿਲਦੇ ਨੇ ਉਦੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਨੇ, ਪਰ ਇਹਦੇ 'ਤੇ ਇਹ ਚੀਜ਼ ਸਿੱਧ ਹੋ ਜਾਂਦੀ ਹੈ ਕਿ ਦੋਸਤੀ ਵਾਲੀ ਸਾਡੀ ਕੰਮਾਂ ਕਾਰਾਂ ਦੇ ਨਾਲ ਹੀ ਰਹਿ ਗਈ ਆ, ਵਾਹ ਵਾਸਤਾ ਕੰਮਾਂ ਕਰਨ ਦਾ ਹੀ ਰਹਿ ਗਿਆ, ਅਤੇ ਬਾਕੀ ਜਿਹੜੀਆਂ ਦੋਸਤੀਆਂ ਦੀ ਗੱਲ ਅਸੀਂ ਪੁਰਾਣੇ ਸਮੇਂ ਦੀ ਕਰਦੇ ਹਾਂ ਉਹ ਅੱਜ ਕੱਲ੍ਹ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ। ਫਿਲਹਾਲ ਵੇਖ ਲੈਂਦੇ ਹਾਂ ਬ੍ਰੇਕ ਤੋਂ ਬਾਅਦ, ਫਿਰ ਕੋਸ਼ਿਸ਼ ਕਰਾਂਗੇ ਕਾਲ ਵਾਲਿਆਂ ਦੀ, ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਆਖਰੀ ਪੜਾਅ ਪ੍ਰੋਗਰਾਮ ਦਾ, ਔਰ ਦੋਸਤੀ ਦੀ ਗੱਲ ਅੱਜ ਆਪਾਂ ਕੀਤੀ ਹੈ। ਦੋਸਤੀ ਦੇ ਵਿੱਚ ਕੀ ਗੱਲ ਕਰੀਏ ਹੋਰ ਦੋਸਤੀ ਦੀ, ਵੈਸੇ ਬਹੁਤ ਸਾਰੇ ਲੋਕ ਹੈਗੇ ਨੇ ਜਿਹਨਾਂ ਦੀਆਂ ਦੋਸਤੀਆਂ ਮੇਰੇ ਖਿਆਲ 60-60, 65-65 ਸਾਲ ਪੁਰਾਣੀਆਂ ਦੋਸਤੀਆਂ, 70-70 ਸਾਲ ਪੁਰਾਣੀਆਂ ਦੋਸਤੀਆਂ ਵੀ ਅੱਜ ਚੱਲਦੀਆਂ ਨੇ, ਪਰ ਅੱਜ ਕੱਲ੍ਹ ਦੀ ਦੋਸਤੀ ਨੂੰ ਅਸੀਂ ਅਗਰ ਕੰਪੇਅਰ ਕਰੀਏ ਉਹਦੇ ਨਾਲ, ਮੇਲ ਮਿਲਾ ਕਰਕੇ ਦੇਖੀਏ, ਤਾਂ ਅੱਜ ਕੱਲ੍ਹ ਦੀਆਂ ਦੋਸਤੀਆਂ ਬਹੁਤ ਘੱਟ ਇਹੋ ਜਿਹੀਆਂ ਦੇਖਣ ਨੂੰ ਮਿਲਦੀਆਂ।
ਮੈਂ ਵੀ ਆਪਣੇ ਆਪ ਨੂੰ ਮੈਂ ਉਸੇ ਵਿੱਚ ਹੀ ਲੈਂਦਾ, ਮੈਂ ਜਿੱਥੇ ਕੰਮ ਕਰਦੇ ਬੜੇ ਵਧੀਆ ਦੋਸਤ ਬਣ ਜਾਂਦੇ। ਹੁਣ ਭਗਵੰਤ ਮਾਨ ਨਾਲ ਇੰਨੀ ਵਧੀਆ ਅਸੀਂ ਸੀਗੇ, ਇੰਨੇ ਵਧੀਆ ਸੀਗੇ ਦੋਸਤੀ, ਇੰਨੇ ਸਾਲ ਅਸੀਂ ਇਕੱਠੇ ਘੱਟੋ ਘੱਟ 20-22 ਸਾਲ ਹੋ ਗਏ, 1992 ਤੋਂ ਲੈ ਕੇ ਇਕੱਠੇ ਕੰਮ ਕਰਿਆ, ਹਜੇ ਵੀ ਵਿਚਰਦੇ, ਹਜੇ ਮਿਲਦੇ ਗਿਲਦੇ ਵੀ ਹੈਗੇ ਹਾਂ। ਪਰ ਜੇ ਅਸੀਂ ਇਹਨੂੰ ਕਹੀਏ ਵੀ ਸਾਡੀ ਇਹ ਉਸ ਤਰ੍ਹਾਂ ਹੀ ਦੋਸਤੀ ਹੈਗੀ, ਹੁਣ ਕਦੇ ਕਦੇ ਜਦੋਂ ਕੰਮ ਹੁੰਦਾ ਉਦੋਂ ਗੱਲ ਹੁੰਦੀ, ਉੱਦਾਂ ਗੱਲ ਜਿਹੜੀ ਹੈ ਉਹ ਨਹੀਂ ਹੁੰਦੀ, ਅਤੇ ਕੰਮ ਵੇਲੇ ਗੱਲ ਕਰਦੇ ਹਾਂ, ਕੰਮ ਵੇਲੇ ਗੱਲ ਹੁੰਦੀ, ਗੱਲ ਖਤਮ। ਸੋ ਦੋਸਤੀ ਇਹ ਰਹਿ ਗਈ। ਵੈਸੇ ਸਿਆਣੇ ਇਹ ਕਹਿੰਦੇ ਨੇ, ਬਜ਼ੁਰਗ ਇਹ ਕਹਿੰਦੇ ਸੀਗੇ ਵੀ ਦੋਸਤ ਦਾ ਮਤਲਬ ਇਹ, ਦੋਸਤ ਇਹ ਨਹੀਂ, ਅਸੀਂ ਅਕਸਰ ਇਹ ਦੇਖ ਲੈਂਦੇ ਹਾਂ ਕਿ ਮੁੰਡਾ ਮੁੰਡੇ ਦਾ ਦੋਸਤ ਹੈ, ਕੁੜੀ ਦੋ ਕੁੜੀ ਦੀ ਦੋਸਤ ਹੈ, ਕੁੜੀ ਕੁੜੀ ਦੀ ਸਹੇਲੀ ਹੈ, ਦੋਸਤ ਹੈ। ਸਹੀ ਦੋਸਤ ਕੋਈ ਵੀ ਹੋ ਸਕਦਾ, ਬਹੁਤ ਸਾਰੇ ਲੋਕ ਉਹਨੂੰ ਗਲਤ ਲੈਂਦੇ। ਕਈਆਂ ਦੇ ਹੁਣ ਦੋਸਤ ਮਾਂ ਪੁੱਤ ਦੋਸਤ ਹੁੰਦੇ, ਕਈ ਜਗ੍ਹਾ ਦੋਸਤ ਅਸੀਂ ਜਿਹਨੇ ਇੱਕ ਦੂਜੇ ਦੀ ਗੱਲ ਖੁੱਲ੍ਹ ਕੇ ਕਰ ਲੈਣੀ, ਮਾਂ ਪੁੱਤ ਦੋਸਤ ਹੋ ਜਾਂਦੇ ਆ, ਪਿਓ ਪੁੱਤ ਦੋਸਤ ਹੋ ਜਾਂਦੇ ਆ, ਭੈਣ ਭਰਾ ਜਿਹੜੇ ਇੱਕ ਦੂਜੇ ਕੋਲ ਖੁੱਲ੍ਹ ਕੇ ਗੱਲ ਕਰਦੇ ਨੇ ਉਹ ਦੋਸਤ ਹੋ ਜਾਂਦੇ ਆ। ਦੋਸਤ ਕਈ ਵਾਰੀ ਲੋਕ ਗਲਤ ਉਹਨੂੰ ਨਜ਼ਰਾਂ ਨਾਲ ਲੈ ਜਾਂਦੇ, ਰਿਸ਼ਤੇਦਾਰ ਸਾਡੇ ਗਲਤ ਨਜ਼ਰਾਂ ਲੈ ਜਾਂਦੇ ਆ। ਭਾਬੀ ਆਉਂਦੀ ਹੈ ਘਰ ਦੇ ਵਿੱਚ, ਦਿਓਰ ਉਹਦਾ ਵਧੀਆ ਦੋਸਤ ਹੋ ਜਾਂਦਾ, ਨਨਾਣ ਉਹਦੀ ਵਧੀਆ ਦੋਸਤ ਹੋ ਜਾਂਦੀ ਹੈ, ਪਰ ਉਹਨੂੰ ਕਈ ਵਾਰੀ ਉਲਟ ਪਾਸੇ ਲਿਜਾ ਕੇ ਵੀ ਨਹੀਂ ਨਹੀਂ ਇਹ ਤਾਂ ਭਾਬੀ, ਉਹ ਦਿਓਰ ਨਾਲ ਗੱਲਾਂ ਕਰਦੀ ਰਹਿੰਦੀ ਹੈ, ਹਾਲਾਂਕਿ ਦਿਓਰ ਦਾ ਦਿਲ ਦੇ ਵਿੱਚ ਉਹਦੀ ਪੂਰੀ ਰਿਸਪੈਕਟ ਹੋਏਗੀ, ਉਹ ਦਿਓਰ ਨੂੰ ਪੂਰਾ ਪਿਆਰ ਕਰਦੀ ਹੋਏਗੀ ਵਧੀਆ ਜਿਹੜਾ ਹੁੰਦਾ। ਪਰ ਉਹਦੇ 'ਚ ਫਿਰ ਅਸੀਂ ਜਿਹੜੇ ਲੋਕ ਹੈਗੇ ਉਹਨੂੰ ਕਈ ਵਾਰੀ ਹੋਰ ਪਾਸੇ ਲੈ ਜਾਂਦੇ ਹਾਂ। ਪਰ ਦੋਸਤੀ ਜਿਹੜੀ ਹੈਗੀ ਹੈ, ਕੋਈ ਵੀ ਹੋਵੇ ਦੋਸਤੀ, ਚਾਹੇ ਕੰਮ ਦੀ ਹੋਵੇ, ਕੰਮ ਦੇ ਨਾਲ ਹੋਵੇ, ਚਾਹੇ ਕਿਤਾਬਾਂ ਦੇ ਨਾਲ ਦੋਸਤੀ ਹੋਵੇ, ਚਾਹੇ ਸਾਡੀ ਆਪਸੀ ਦੋਸਤੀ ਹੈ, ਚਾਹੇ ਪਰਿਵਾਰਕ ਦੋਸਤੀ ਹੈ, ਸਭ ਤੋਂ ਪਹਿਲੀ ਗਲਤ ਇਹ ਹੈ ਕਿ ਪਰਿਵਾਰਾਂ ਦੇ ਵਿੱਚ ਦੋਸਤੀ ਹੋਣ ਲੱਗ ਜੇ, ਪਿਓ ਪੁੱਤ ਦਾ ਦੋਸਤ ਹੋ ਜਾਏ, ਮਾਂ ਜਿਹੜੀ ਹੈ ਮਾਂ ਧੀ ਦੀ ਦੋਸਤ ਹੋ ਜਾਏ, ਆਪਸ ਦੇ ਵਿੱਚ ਪਰਿਵਾਰ ਪਤੀ ਪਤਨੀ ਦੋਸਤ ਹੋ ਜਾਣ, ਤਾਂ ਮੇਰੇ ਖਿਆਲ ਇਹ ਦੋਸਤੀ ਜਿਹੜੀ ਹੈ ਸਭ ਤੋਂ ਵੱਡੀ ਅਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲੀ ਦੋਸਤੀ ਇਹ ਹੁੰਦੀ ਹੈ, ਅਗਰ ਸਾਡੀ ਰਿਸ਼ਤਿਆਂ 'ਚ ਦੋਸਤੀ ਹੁੰਦੀ ਹੈ। ਅਗਰ ਬਾਹਰਲੇ ਦੋਸਤਾਂ ਦੀ ਗੱਲ ਕਰੀਏ ਤਾਂ ਬਾਹਰਲੇ ਦੋਸਤਾਂ ਦੇ ਵਿੱਚ ਵੀ ਬਾਕੀ ਚੀਜ਼ਾਂ ਵਾਂਗੂ ਬਹੁਤ ਸਾਰੇ ਲੋਕ ਚੰਗੇ ਨੇ ਅਤੇ ਬਹੁਤ ਸਾਰੇ ਮੰਦੇ ਨੇ, ਪਰ ਪਹਿਲਾਂ ਸਮਝ ਆ ਜਾਂਦੀ ਸੀ ਚੰਗੇ ਮੰਦੇ ਦੀ, ਅੱਜ ਇਹ ਨਹੀਂ ਸਮਝ ਆਉਂਦੀ ਵੀ ਕਿਹੜਾ ਚੰਗਾ ਅਤੇ ਕਿਹੜਾ ਮੰਦਾ, ਕਿਹਨਾਂ ਦੋਸਤੀ ਕਿੰਨੀ ਕੁ ਰੱਖਣੀ ਹੈ। ਸੋ ਬਹੁਤ ਸਾਰੇ ਦੋਸਤ ਬਾਹਰ ਤੋਂ ਇੰਟਰੋਡਕਸ਼ਨ ਅਸੀਂ ਕਰਾਉਣੇ, ਮੇਰਾ ਖਾਸ ਦੋਸਤ, ਮੇਰਾ ਬਚਪਨ ਦਾ ਯਾਰ ਹੈ, ਮੇਰਾ ਖਾਸ ਇਹ ਦੋਸਤ ਹੈਗਾ, ਪਰ ਉਹ ਦੋਸਤ ਨੂੰ ਨਾਲ ਇਹ ਵੀ ਕਹਿੰਦੇ ਵੀ ਬੰਦਾ ਧਿਆਨ ਰੱਖਿਓ ਘਰ ਲਿਆਉਣ ਵਾਲਾ ਹੈ ਨਹੀਂ ਇਹ। ਚਲੋ ਉਹ ਤੋਂ ਬੰਦਾ ਆਪੇ ਸਮਝਦਾ ਜਾਂਦਾ ਵੀ ਘਰ ਲਿਆਉਣ ਵਾਲਾ ਕੋਈ ਨਹੀਂ ਹੈਗਾ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ jaggi@chessbroadcasting.com ਜਾਂ ਫਿਰ info@chessbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਦੀ ਨਾਲ ਸਾਡਾ ਜਿਹੜਾ ਵਟਸਐਪ ਦਾ ਨੰਬਰ ਹੈਗਾ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62। ਕਿਸੇ ਵੀ ਤਰੀਕੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਵੈਸਟ ਕੋਸਟ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਕੋਈ ਈਵੈਂਟ ਹੋਵੇ, ਕੋਈ ਦਿਨ ਸੁੱਧ ਹੋਵੇ, ਕੋਈ ਪ੍ਰੋਗਰਾਮ ਹੋਵੇ ਤਾਂ ਜ਼ਰੂਰ ਮੈਨੂੰ ਤੁਸੀਂ ਯਾਦ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਜ਼ਰੂਰ ਉੱਥੇ ਪਹੁੰਚਣ ਦੀ ਅਤੇ ਉਹਨੂੰ ਕਵਰ ਕਰਕੇ ਪੂਰੀ ਦੁਨੀਆ ਤੱਕ ਪਹੁੰਚਾਉਣ ਦੀ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।